ਤੁਸੀਂ ਸ਼ਾਮਲ ਹੋ ਜਰਨੈਲ ਬਸੋਤਾ ਦੇ ਨਾਲ ਟਾਕ ਸ਼ੋ ਭਖ ਦੇ ਮਸਲੇ ਦੇ ਵਿੱਚ ਅਸੀਂ ਅੱਜ ਦੇ ਪ੍ਰੋਗਰਾਮ ਦੇ ਪਹਿਲੇ ਪੜਾਅ ਦੌਰਾਨ ਭਖ ਦਾ ਮਸਲਾ ਸੀ ਉਹ ਸੀ ਕਿ ਸ਼ੋਫਰ ਦੇ ਪਰਮਿਟ ਬਣਾਉਣ ਦੇ ਵਿੱਚ ਕਾਫੀ ਦਿੱਕਤ ਆ ਰਹੀਆਂ ਨੇ ਫੈਡਰਲ ਗਵਰਨਮੈਂਟ ਨੇ ਕਈ ਉਲਝਣਾਂ ਖੜੀਆਂ ਕਰ ਦਿੱਤੀਆਂ ਨੇ ਇਸ ਦੇ ਬਾਰੇ ਗੱਲਬਾਤ ਕੀਤੀ ਅਮਰਜੀਤ ਸੋਹੀ ਦੇ ਨਾਲ ਤੇ ਸਾਡੇ ਕਾਲਰਸ ਦੇ ਵਿਚਾਰ ਜਾਣੇ ਹੁਣ ਦੂਜੇ ਪੜਾਅ ਦੌਰਾਨ ਇੱਕ ਹੋਰ ਭਖ ਦਾ ਮਸਲਾ ਜੋ ਇਸ ਵੇਲੇ ਹੈ ਦੁਨੀਆ ਭਰ ਦੇ ਅਖਬਾਰਾਂ ਦੇ ਵਿੱਚ ਅੱਜ ਸੁਰਖੀਆਂ ਬਣਿਆ ਹੋਇਆ ਹੈ ਉਹ ਹੈ ਕਿ ਕਿਊਬੈਕ ਦੀ ਅਸੈਂਬਲੀ ਦੇ ਵਿੱਚ ਕਿਰਪਾਨ ਲਿਜਾਣ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਵਿਧਾਨ ਸਭਾ ਦੇ ਵਿੱਚ ਇਹ ਸਰਵ ਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਹੈ ਜਿਸ ਨੂੰ ਲੈ ਕੇ ਕੈਨੇਡਾ ਦੇ ਸਿੱਖਾਂ ਦੇ ਵਿੱਚ ਸਖ਼ਤ ਰੋਸ ਪ੍ਰਗਟ ਕੀਤਾ ਜਾ ਰਿਹਾ ਹੈ ਹੈਰਾਨੀ ਦੀ ਗੱਲ ਇਹ ਹੈ ਕਿ ਕਿਊਬੈਕ ਅਸੈਂਬਲੀ ਦੇ ਵਿੱਚ ਜਦੋਂ ਇਹ ਮਤਾ ਰੱਖਿਆ ਗਿਆ ਕੁਝ ਵਿਅਕਤੀਆਂ ਦੇ ਵੱਲੋਂ ਤਾਂ 103 ਵੋਟਾਂ ਇਸ ਦੇ ਹੱਕ ਵਿੱਚ ਪਈਆਂ ਤੇ ਵਿਰੋਧ ਵਿੱਚ ਇੱਕ ਵੀ ਵੋਟ ਨਹੀਂ ਪਈ ਸੋ ਇਹ ਹਾਲਤ ਹੈ ਕਿ ਸਿੱਖਾਂ ਦੇ ਧਾਰਮਿਕ ਚਿੰਨ੍ਹਾਂ ਦੀ ਅਜੇ ਤੱਕ ਪਛਾਣ ਨਹੀਂ ਬਣ ਸਕੀ ਇਸ ਨੂੰ ਲੈ ਕੇ ਸਿੱਖਾਂ ਦੇ ਵਿੱਚ ਜੋ ਕੈਨੇਡਾ ਦੇ ਵਿੱਚ ਨੇ ਅਮਰੀਕਾ ਦੇ ਵਿੱਚ ਨੇ ਵਿਸ਼ਵ ਭਰ ਦੇ ਸਿੱਖ ਨੇ ਉਹਨਾਂ ਦੇ ਵਿੱਚ ਰੋਸ ਪਾਇਆ ਜਾ ਰਿਹਾ ਹੈ ਅੱਜ ਅਸੀਂ ਤੁਹਾਡੀ ਰਹਿ ਜਾਣਨੀ ਚਾਹਾਂਗੇ ਕੀ ਪ੍ਰਤੀਕਰਮ ਹੈ ਤੁਹਾਡਾ ਤੇ ਮੈਂ ਕੋਸ਼ਿਸ਼ ਕਰਾਂਗਾ ਅੱਜ ਵੱਖੋ ਵੱਖ ਜੋ ਨੁਮਾਇੰਦੇ ਨੇ ਜੋ ਚੁਣੇ ਹੋਏ ਮੈਂਬਰ ਨੇ ਵੱਖੋ ਵੱਖ ਅਸੈਂਬਲੀ ਦੇ ਵਿੱਚ ਉਹਨਾਂ ਦੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਚੱਲਦੇ ਹਾਂ ਆਪਣੇ ਸ਼ਹਿਰ ਦੇ MLA ਪੀਟਰ ਸੰਧੂ ਦੇ ਕੋਲ ਜੋ ਇਸ ਵੇਲੇ ਲਾਈਨ ਤੇ ਨੇ ਕੀ ਕਹਿਣਾ ਚਾਹੁੰਦੇ ਨੇ ਉਹ ਜੋ ਇਹ ਪਾਬੰਦੀ ਲਗਾਈ ਗਈ ਹੈ ਕਿਰਪਾਨ ਲਿਜਾਣ ਤੇ ਕਿਊਬੈਕ ਦੀ ਅਸੈਂਬਲੀ ਦੇ ਵਿੱਚ ਕਿਉਂਕਿ ਇਹ ਅਲਬਰਟਾ ਦੀ ਅਸੈਂਬਲੀ ਦੇ ਵਿੱਚ ਖੁਦ ਨੁਮਾਇੰਦੇ ਨੇ ਖੁਦ MLA ਨੇ ਇਹਨਾਂ ਦਾ ਕੀ ਪ੍ਰਤੀਕਰਮ ਹੈ ਜੀ ਪੀਟਰ ਸੰਧੂ ਜੀ ਆਪ ਜੀ ਦਾ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਸਤਿ ਸ੍ਰੀ ਅਕਾਲ ਜੀ ਰੇਡੀਓ ਪੰਜਾਬ ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਪਨੈਲ ਭਾਈ ਤੁਹਾਨੂੰ ਸਤਿ ਸ੍ਰੀ ਅਕਾਲ ਜੀ ਜੋ ਨਿਊਜ਼ਾਂ ਤੋਂ ਪਤਾ ਚੱਲਿਆ ਹੋਇਆ ਕਿਊਬੈਕ ਚ ਹੋਇਆ ਮੈਂ ਪਹਿਲਾਂ ਵੀ ਇੱਕ ਡੈਮੋਕ੍ਰੇਸੀ ਜਿਹੜੀ ਅਸੀਂ ਵੱਡੀ ਆਪਣੀ ਕੈਨੇਡਾ ਦੀ ਉਹਦੇ ਲਈ ਬੜੀ ਸਾਰੀਆਂ ਇਤਨੀਆਂ ਸਟੇਟਾਂ ਆਪਦੇ ਆਪ ਚ ਇੰਡੀਪੈਂਡੈਂਟ ਰੋਲ ਅਦਾ ਕਰ ਰਹੀਆਂ ਪਰ ਜਿਹੜਾ ਅੱਜ ਕਿਊਬੈਕ ਚ ਹੋਇਆ ਉਹ ਇੱਕ ਬਹੁਤ ਨਿੰਦਣਯੋਗ ਗੱਲ ਹੈ ਤੇ ਜਿਹੜੀ ਕਿ ਇੱਥੋਂ ਦੇ ਅਸੀਂ ਕੈਨੇਡਾ ਚ ਕਦੇ ਵੀ ਐਕਸਪੈਕਟ ਸੀ ਕਰਦੇ ਵੀ ਕਿਊਬੈਕ ਜਿਹੜਾ ਕੈਨੇਡਾ ਦਾ ਇੱਕ ਸੂਬਾ ਸਟੇਟ ਆ ਵੀ ਉੱਥੇ ਸਾਡੇ ਸਿੱਖ ਉਹਨਾਂ ਨੂੰ ਹਜੇ ਸਿੱਖਾਂ ਦੇ ਜਿਹੜਾ ਧਾਰਮਿਕ ਚਿੰਨ ਆ ਉਹਨਾਂ ਬਾਰੇ ਉਹਨਾਂ ਨੂੰ ਹਜੇ ਨੀ ਉਹਨਾਂ ਦੀ ਸੋਚਣੀ ਹੈ ਨੀ ਕਿਉਂ ਮੈਨੂੰ ਪਹਿਲਾਂ ਵੀ ਇਹਨਾਂ ਦੀ ਪ੍ਰੋਬਲਮ ਜਿਹੜੀ ਕਿਊਬੈਕ ਚ ਆ ਰਹੀਆਂ ਕਿਰਪਾਨ ਦੇ ਮਸਲੇ ਤੇ ਅੱਗੇ ਉਹਨਾਂ ਦੇ ਮੌਂਟਰੀਅਲ ਸੀਗਾ ਕੇਸ ਤੇ ਹੁਣ ਫਿਰ ਆ ਜਿਹੜਾ ਸੈਕਿੰਡ ਟਾਈਮ ਤੇ ਜਿਹੜੇ ਉੱਥੋਂ ਦੇ ਮੈਂਬਰ ਵੀ MLA ਆ ਉਹਨਾਂ ਨੇ ਜਿਵੇਂ ਤੁਸੀਂ ਦੱਸ ਕੇ ਕਹਿੰਦੇ 103 ਮੈਂਬਰ ਆ ਲੈ ਕੇ ਇੱਕ ਵੀ ਮੈਂਬਰ ਨੂੰ ਕਿਉਂ ਮੈਨੂੰ ਪਤਾ ਮੌਂਟਰੀਅਲ ਚ ਆਪਣੇ ਲੋਕ ਸਿੱਖ ਬਹੁਤ ਹੈਗੇ ਆ ਜਿਹੜੇ ਉਸ ਏਰੀਏ ਚ ਰਹਿ ਰਹੇ ਆ ਸੋ ਕੋਈ ਨਾ ਕੋਈ MLA ਉਸ ਏਰੀਏ ਦਾ ਮੌਂਟਰੀਅਲ ਦਾ ਹੋਊਗਾ ਜਿਹਨੂੰ ਵੀ ਪਤਾ ਵੀ ਸਿੱਖਾਂ ਦਾ ਧਾਰਮਿਕ ਚਿੰਨ ਹੈਗਾ ਵੀ ਅਨਫੋਰਚੁਨੇਟ ਉਹਨਾਂ 103 ਚੋਂ ਕਿਸੇ ਨੂੰ ਸਿੱਖਾਂ ਬਾਰੇ ਪਤਾ ਹੀ ਨੀ ਗਾ ਵੀ ਇੱਕ ਧਾਰਮਿਕ ਚਿੰਨ ਆ ਸਿੱਖਾਂ ਦਾ ਵੀ ਜਿਹਦੇ ਚ ਵੀ ਉਹਦੇ ਨਾਲ ਸਾਰੀ ਕਮਿਊਨਿਟੀ ਨੇ ਹਰਟ ਹੋਣਾ ਤੇ ਅਨਫੋਰਚੁਨੇਟ ਜਿਹੜਾ ਕਿਊਬੈਕ ਦਾ ਹੋਇਆ ਇਹਦੇ ਤੋਂ ਸਾਨੂੰ ਥੋੜਾ ਸਿੱਖਾਂ ਨੂੰ ਵੀ ਜਿਹੜੀਆਂ ਜਥੇਬੰਦੀਆਂ ਉਹਨਾਂ ਨੂੰ ਵੀ ਇੱਕ ਸਬਕ ਸਿੱਖਣ ਦੀ ਲੋੜ ਆ ਜਿਵੇਂ WSO ਵਰਲਡ ਸਿੱਖ ਆਰਗਨਾਈਜੇਸ਼ਨ ਬਹੁਤ ਵਧੀਆ 84 ਤੋਂ ਲੈ ਕੇ ਹੁਣ ਤਾਈ ਕੰਮ ਕਾਰ ਕਰਦੀ ਆ ਰਹੀ ਹੈ ਸਾਨੂੰ ਇਹ ਜਿਹੜੀਆਂ ਵੱਡੀਆਂ ਜਥੇਬੰਦੀਆਂ ਜਿਹੜੀਆਂ ਲੋਕਾਂ ਦੇ ਵਿੱਚ ਰਹੀਆਂ ਲੈਵਲ ਤੇ ਸਾਨੂੰ ਉਹਨਾਂ ਦੇ ਮੈਂਬਰ ਜਾਂ ਸਪੋਰਟ ਕਰਨੀ ਚਾਹੀਦੀ ਹੈ ਸਾਡੇ ਖਿਆਲ ਕਈ ਵਾਰ ਨਹੀਂ ਰਲਦੇ ਇੱਕ ਦੂਜੇ ਦੇ ਘਰ ਚ ਨਹੀਂ ਰਲਦੇ ਕਿ ਬਾਹਰ ਵੀ ਨਹੀਂ ਵੀ ਹੋ ਸਕਦੇ ਡਿਫਰੈਂਸ ਪਰ ਜਦੋਂ ਸਾਡੀ ਕੋਈ ਜਥੇਬੰਦੀਆਂ ਜਾਂ ਸਟਰੋਂਗਲੀ ਕੋਈ ਕੰਮ ਕਾਰ ਕਰ ਰਹੀਆਂ ਸਾਨੂੰ ਉਹਨਾਂ ਦੀ ਮੈਂਬਰਸ਼ਿਪ ਵੀ ਵਧਾਉਣੀ ਚਾਹੀਦੀ ਹੈ ਤੇ ਉਹਨਾਂ ਨਾਲ ਹੁੰਦੇ ਹੀ ਜਿਹੜੇ ਵੀ ਉਹਨਾਂ ਦੇ ਕੰਮ ਕਾਰ ਹੈਗੇ ਉਹਨਾਂ ਨਾਲ ਜਥੇਬੰਦੀਆਂ ਤਾਂ ਹੀ ਸਟਰੋਂਗ ਹੁੰਦੀਆਂ ਜੇ ਅਸੀਂ ਉਹਨਾਂ ਦੇ ਮੈਂਬਰ ਬਣੀਏ ਜਾਂ ਉਹਨਾਂ ਨੂੰ ਕੋਈ ਸਪੋਰਟ ਕਰੀਏ ਜੀ ਤੇ ਹੁਣ ਦੇਖੋ ਤੁਸੀਂ ਜੂਸ ਦੀ ਗੱਲ ਲੈ ਲਓ ਉਹਨਾਂ ਦੀ ਕਾਂਗਰਸ ਹੈ ਜੂਸ ਕਾਂਗਰਸ ਆ ਬੜੀ ਸਟਰੋਂਗ ਆ ਜੇ ਕੋਈ ਮਾੜੀ ਗੱਲ ਹੁੰਦੀ ਆ ਉਹਨਾਂ ਦੀ ਉਹਦੀ ਉਹਨਾਂ ਨੂੰ ਇੱਥੋਂ ਦੇ ਪੋਲੀਟੀਸ਼ੀਅਨ ਸਟੇਟ ਦੇ ਹੋਣ ਜਾਂ ਇੱਥੋਂ ਦੇ ਹੋਣ US ਦੇ ਹੋਣ ਇੱਥੋਂ ਆਪਣੇ ਕੈਨੇਡਾ ਦੇ ਉਹ ਇੱਕ ਮਿੰਟ ਚ ਅਪੋਲੋਜਾਈਜ ਕਰ ਜਾਂਦੇ ਆ ਉਹਨਾਂ ਦੀ ਗੱਲਬਾਤ ਜ਼ਰੂਰ ਕੋਈ ਗੱਲ ਹੁੰਦੀ ਉਹਦਾ ਰੀਜ਼ਨ ਆ ਵੀ ਉਹ ਦੇ ਆਰ ਵੈਰੀ ਸਟਰੋਂਗ ਸਾਡੇ ਠੀਕ ਹੈ ਹੁਣ ਆਪਣੇ ਸਟੇਟ ਦੀ ਲਾ ਲਓ ਵੀ ਅਲਬਰਟਾ ਦੇ ਪ੍ਰੀਮੀਅਰ ਆਨਰੇਬਲ ਐਕਸਟਰਨ ਮੈਚ ਨਾਲ ਸਾਡੇ ਬਹੁਤ ਸੋਹਣੇ ਰਿਲੇਸ਼ਨ ਬਣੇ ਆ ਪਿਛਲੇ 3 ਸਾਲ ਤੋਂ ਹਰਿਮੰਦਰ ਸਾਹਿਬ ਵੀ ਗਏ ਅਸੀਂ ਆਪ ਵੀ ਇੱਥੇ ਤੁਸੀਂ ਉਹਨਾਂ ਨੇ ਕਿਰਪਾਨ 6 ਫੁੱਟੀ ਕਿਰਪਾਨ ਭੇਟ ਕੀਤੀ ਉਹਨਾਂ ਨੇ ਸਭ ਤੋਂ ਜਿਹੜਾ ਉਹਨਾਂ ਦਾ ਉੱਚਾ ਸਪੇਸ ਆ ਉਹ ਵਾਲ ਤੇ ਉਹਨਾਂ ਨੇ ਉਹਦੇ ਚ ਬਾਕਸ ਚਲਾ ਕੇ
ਜਦੋਂ ਪ੍ਰੈਜ਼ੈਂਟ ਕੀਤੀ ਉਦੋਂ ਵੀ ਨਾ ਟੀਅਰ ਆਏ, ਹੁਣ ਜਦੋਂ ਜਾ ਕੇ ਆਫਿਸ ਜਾਈਦਾ ਉਹਨਾਂ ਦੇ ਜਦੋਂ ਮਿਲ ਜਾਈਦਾ, ਕਿਰਪਾਨ ਦੀ ਏਡੀ ਵੱਡੀ ਰਿਸਪੈਕਟ ਉਹਨਾਂ ਦੇ ਮਨ ਚ, 6 ਫੁੱਟ ਕਿਰਪਾਨ ਉਹਨਾਂ ਨੇ ਉਹ ਆਪਦੀ ਸਭ ਤੋਂ ਉੱਚੇ ਸਪੇਸ ਆਪਦੇ ਵਾਲ ਤੇ ਲਾਈ ਹੋਈ ਆ। ਸੋ ਜਿਹੜੀ ਇਹ ਰਿਸਪੈਕਟ ਆ, ਜਾਂ ਕਹਿ ਲਓ ਵੀ ਤੁਸੀਂ ਉੱਥੋਂ ਦੇ ਜਿਹੜੇ ਆਪਾਂ ਲੋਕ ਆ ਆਪਣੇ ਇੱਥੋਂ ਦੇ ਇੱਥੇ ਦੇ ਪੋਲੀਟੀਸ਼ੀਅਨ, ਹੋਰ ਵੀ ਆਪਣੇ ਗੋਰੇ ਪੋਲੀਟੀਸ਼ੀਅਨ ਹੈਗੇ ਆ, ਜਿਨ੍ਹਾਂ ਚ ਉਹਨਾਂ ਨੂੰ ਸਿੱਖਾਂ ਬਾਰੇ ਨੌਲੇਜ ਆ ਵੀ ਸਿੱਖ ਕੌਣ ਆ, ਕੀ ਇਹਨਾਂ ਦੀ ਧਾਰਮਿਕ ਚਿੰਨ ਹੈਗੇ ਆ। ਕੁਬੈਕ ਚ ਮੈਨੂੰ ਲੱਗਦਾ ਜਿਹੜੀ ਅਪਰਾਨ ਸਾਹਿਬ ਚ ਨੇੜੇ ਸਾਡੀ ਸਿੱਖ ਕਮਿਊਨਿਟੀ ਨੂੰ ਉਸ ਲੈਵਲ ਦੀ ਜਾਂ ਉਹਨਾਂ ਤੱਕ ਅਪਰੋਚ ਨਹੀਂ ਹੋਈ, ਜਾਂ ਉਹਨਾਂ ਨੂੰ ਪਤਾ ਨਹੀਂ, ਜਾਂ ਉਹ ਇੱਕ ਇਗਨੋਰ ਕਰ ਰਹੇ ਆ, ਉਹ ਅਨਫਾਰਚੁਨੇਟ ਆ। ਯਾਨੀ ਕਿ ਜਿਹੜੀ ਕੁਬੈਕ ਚ ਹੋ ਰਹੀ ਆ, ਪਹਿਲਾਂ ਵੀ ਹੋਈਆਂ ਇੰਸੀਡੈਂਟਸ, ਹੁਣ ਫੇਰ ਹੋਈ ਆ ਜੀ, ਬਹੁਤ ਵੈਰੀ ਸੈਡ ਹੈਗੀ ਆ। ਯਾਨੀ ਕਿ ਸੋ ਪੀਟਰ ਜੀ, ਮੁੱਕਦੀ ਗੱਲ ਇਹ ਹੈ ਕਿ ਤੁਸੀਂ ਜੋ ਫੈਸਲਾ ਲਿਆ ਗਿਆ ਕਿਊਬਿਕ ਅਸੈਂਬਲੀ ਦੇ ਵਿੱਚ ਕਿਰਪਾਨ ਲਿਜਾਣ ਦੇ ਵਿਰੁੱਧ ਪਾਬੰਦੀ ਲਾਈ ਗਈ ਹੈ, ਤੁਸੀਂ ਡਟ ਕੇ ਇਸ ਫੈਸਲੇ ਦਾ ਵਿਰੋਧ ਕਰਦੇ ਹੋ, ਹਾਂ ਜਾਂ ਨਾ? ਮੈਂ ਪੂਰਾ ਡਟ ਕੇ ਵਿਰੋਧ ਕਰਦਾ ਜੀ। ਜਦੋਂ ਸਾਨੂੰ ਕਦੇ ਕੁਬੈਕ ਦਾ ਕੋਈ ਐਮਐਲਏ ਮਿਲਿਆ ਤਾਂ ਉਹਨਾਂ ਨਾਲ ਉਹੀ ਗੱਲ ਕਰਾਂਗੇ ਵੀ ਦਿਸ ਇਜ਼ ਟੋਟਲੀ ਰੋਂਗ ਜਿਹੜਾ ਤੁਸੀਂ ਕਰ ਰਹੇ ਆ। ਮਿਹਰਬਾਨੀ। ਤੇ ਹੁਣ ਮੈਂ ਇੱਕ ਥੋੜੀ ਐਡ ਕਰਨੀ ਚਾਹੁੰਦਾ, ਹੁਣ ਇੱਥੋਂ ਆਪਣੇ ਪਿਛਲੇ 3 ਸਾਲ ਆਪਣੀ ਸਿੱਖ ਮਿਹਨਤੀ ਆਮ ਵਿਧਾਨ ਸਭਾ ਸਾਡੇ ਚੈਂਬਰ ਚ ਗਈ ਆ, ਸਾਰਿਆਂ ਦੇ ਉਹ ਫਾਈਵ ਕਿਸਨੇ ਸਿਕਿਉਰਿਟੀ ਵਾਲੇ ਨੇ ਆਏ ਨੀ ਕਿਹਾ ਜੀ ਤੁਹਾਡੇ ਕਿਰਪਾਨ ਪਾਈ ਆ ਜਾਂ ਤੁਸੀਂ ਇਹਨੂੰ ਲਾਓ ਜਾਂ ਨਾ ਕਰੋ। ਯਾਨੀ ਕਿ ਬਹੁਤ ਰਿਸਪੈਕਟਫੁਲੀ ਉਹਨਾਂ ਨੂੰ ਕਹਿੰਦੇ ਗੋ ਅਹੈਡ, ਪਿਆਰ ਨਾਲ ਉਹਨਾਂ ਨੂੰ ਅੰਦਰ ਜਾਂਦੇ ਆ। ਤਾਂ ਅਸੀਂ ਉੱਥੋਂ ਦੱਸਣਾ ਆਪਣੇ ਆਪਣੇ ਉਹਨਾਂ ਨੂੰ ਜਦੋਂ ਟਾਈਮ ਮਿਲਦਾ ਸਿਕਿਉਰਿਟੀ ਵਾਲਿਆਂ ਨੂੰ ਵੀ ਸਾਡੇ ਧਾਰਮਿਕ ਚਿੰਨ ਆ, ਉਹ ਅੰਡਰਸਟੈਂਡ ਕਰਦੇ ਆ। ਸੋ ਇੱਕ ਸਾਡੇ ਲਈ ਯਾਨੀ ਕਿ ਜਿਹੜਾ ਹੋਇਆ ਸਾਡੀ ਚਲੋ ਵੀ ਸਿੱਖਾਂ ਲਈ ਬਹੁਤ ਜ਼ਿਆਦਾ ਮਾੜਾ ਹੋਇਆ, ਪਰ ਉਹ ਤੋਂ ਸਾਨੂੰ ਲੈਸਨ ਜ਼ਰੂਰ ਸਿੱਖਣਾ ਚਾਹੀਦਾ ਵੀ ਸਾਨੂੰ ਇੱਕ ਜਥੇਬੰਦ ਸੋਚ ਲਿਆਉਣੀ ਚਾਹੀਦੀ ਆ। ਖਿਆਲ ਜਿਹੜੇ ਵੀ ਕੌਣ ਇੱਕ ਦੂਜੇ ਦੇ ਡਿਫਰੈਂਸ ਹੋ ਸਕਦੇ ਆ, ਪਰ ਜਥੇਬੰਦੀ ਜਿਹੜੀ ਇੱਕ ਮੇਨ ਕੋਈ ਕੰਮ ਕਰ ਰਹੀ ਹੈ ਉਹਦੇ ਲਈ ਸਟਰੋਂਗ ਇੱਕ ਰਲ ਕੇ ਕੰਮ ਕਰੀਏ, ਤਾਂ ਜੋ ਆਪਾਂ ਇਹਨਾਂ ਨੂੰ ਇੱਥੋਂ ਦੇ ਪੋਲੀਟੀਸ਼ੀਅਨਾਂ ਨੂੰ ਪੱਕ ਬੈਕ ਦੇ ਹੋਣ, ਕਿਉਂ ਉੱਥੇ ਲੋਕ ਆਪਣੇ ਬਾਰੇ ਐਮਐਲਏ ਹੈ ਨਹੀਂ ਮਿਲਦਾ ਵੀ ਆਏ, ਉਹ ਵੀ ਇੱਕ ਕਾਰਨ ਹੈਗਾ। ਪਰ ਦੂਸਰਾ ਉਹਨਾਂ ਨੂੰ ਉਹ ਇੱਕ ਇਗਨੋਰ ਕੀਤਾ, ਉਹਨਾਂ ਨੂੰ ਮੈਂ ਮੋਰ ਲਾਈਕਲੀ ਉਹਨਾਂ ਪੋਲੀਟੀਸ਼ੀਅਨਾਂ ਨੂੰ ਦੇ ਵਿੱਚੋਂ ਕੰਸਟੀਚੂਐਂਟ ਜਿਹੜੇ ਹੋਣਗੇ ਉਹਨਾਂ ਲੋਕ ਰਹਿੰਦੇ ਹੋਣਗੇ ਆਪਣੇ, ਉਹਨਾਂ ਨੂੰ ਇਸ ਗੱਲ ਦਾ ਪਤਾ ਵੀ ਆ, ਜਾਂਦੇ ਹੀ ਹੋਣਗੇ ਗੁਰਦੁਆਰਿਆਂ ਚ, ਪਰ ਅਨਫਾਰਚੁਨੇਟ ਫੇਲ ਹੋਇਆ। ਜਦੋਂ ਅਗਾਂਹ ਇਲੈਕਸ਼ਨ ਆਉਂਦੇ ਆ ਜਸਟ ਉਹਨਾਂ ਨੂੰ ਜਿਹੜੇ ਉੱਥੋਂ ਲੋਕ ਆ, ਆਪਾਂ ਨੂੰ ਮੀਡੀਆ ਰਾਹੀਂ ਉਹਨਾਂ ਨੂੰ ਜਾਗਰੂਕ ਕਰੀਏ ਵੀ ਤੁਸੀਂ ਉਹਨਾਂ ਨੂੰ ਕੁਐਸਚਨ ਪੁੱਛੋ, ਉਦੋਂ ਤੁਸੀਂ ਕਿੱਥੇ ਗਏ ਜੀ। ਸਵਾਗਤ ਹੈ ਜੀ ਪੀਟਰ ਜੀ, ਮਿਹਰਬਾਨੀ ਜੀ, ਥੈਂਕ ਯੂ, ਮਿਹਰਬਾਨੀ ਪੀਟਰ ਜੀ। ਸੋ ਇਹ ਸਨ ਪੀਟਰ ਸੰਧੂ, ਜਿਨ੍ਹਾਂ ਨੇ ਬੜੀ ਬੇਬਾਕੀ ਨਾਲ ਜੋ ਫੈਸਲਾ ਲਿਆ ਗਿਆ ਕਿਊਬਿਕ ਅਸੈਂਬਲੀ ਦੇ ਵਿੱਚ ਉਸ ਦਾ ਡਟ ਕੇ ਵਿਰੋਧ ਕੀਤਾ ਹੈ, ਜੋ ਇਹਨਾਂ ਨੇ ਵਿਚਾਰ ਪੇਸ਼ ਕੀਤੇ ਉਹ ਤੁਹਾਡੇ ਸਾਰਿਆਂ ਨੇ ਤੁਸੀਂ ਕੁਝ ਸੁਣ ਲਿਆ ਕਿ ਕੀ ਕਹਿਣਾ ਸੀ ਪੀਟਰ ਸੰਧੂ ਦਾ। ਇਹ ਹੈ ਕਿਊਬਿਕ ਅਸੈਂਬਲੀ ਦਾ ਫੈਸਲਾ, ਤੇ ਦੂਜੇ ਪਾਸੇ ਜੋ ਅਲਬਰਟਾ ਦੀ ਅਸੈਂਬਲੀ ਦੇ ਵਿੱਚ ਹੈ, ਜਿਸ ਤਰ੍ਹਾਂ ਪੀਟਰ ਉਹਨਾਂ ਨੇ ਦੱਸਿਆ ਹੈ ਕਿ ਪ੍ਰੀਮੀਅਰ ਨੂੰ ਇੱਕ ਪਾਸੇ ਤਾਂ ਕਿਰਪਾਨ ਲਿਜਾਣ ਦੀ ਅਸੈਂਬਲੀ ਚ ਮਨਾਹੀ ਹੈ ਤੇ ਦੂਜੇ ਪਾਸੇ ਅਲਬਰਟਾ ਦੀ ਅਸੈਂਬਲੀ ਦੇ ਵਿੱਚ ਕਿਰਪਾਨ ਭੇਟ ਕੀਤੀ ਜਾ ਰਹੀ ਹੈ, ਬਿਲਕੁਲ ਕੰਟਰੇਰੀ ਹੈ। ਸੋ ਦੋਸਤੋ, ਇਹ ਹੈ ਸਾਡਾ ਟਾਕ ਸ਼ੋਅ ਜੋ ਇਸ ਵੇਲੇ ਤੁਸੀਂ ਸੁਣ ਰਹੇ ਹੋ। ਹੁਣ ਜਿਸ ਤਰ੍ਹਾਂ ਪੀਟਰ ਸੰਧੂ ਉਹਨਾਂ ਨੇ ਕਿਹਾ ਹੈ ਕਿ ਸਿੱਖਾਂ ਦੇ ਮਸਲਿਆਂ ਨੂੰ ਉਭਾਰਨ ਦੇ ਲਈ, ਸਿੱਖਾਂ ਦੇ ਮਸਲਿਆਂ ਦੇ ਨਾਲ ਨਜਿੱਠਣ ਦੇ ਲਈ ਵਰਲਡ ਸਿੱਖ ਆਰਗੇਨਾਈਜੇਸ਼ਨ ਇੱਕ ਸੰਸਥਾ ਹੈ, ਕੰਮ ਕਰ ਰਹੀ ਹੈ, ਤੇ ਕਿਉਂ ਨਾ ਆਪਾਂ ਗੱਲ ਕਰੀਏ ਵਰਲਡ ਸਿੱਖ ਆਰਗੇਨਾਈਜੇਸ਼ਨ ਦੇ ਕਿਸੇ ਅਧਿਕਾਰੀ ਦੇ ਨਾਲ, ਤੇ ਸਿੱਧਾ ਚੱਲਦੇ ਹਾਂ ਆਪਾਂ ਵਰਲਡ ਸਿੱਖ ਆਰਗੇਨਾਈਜੇਸ਼ਨ ਦੇ ਨੁਮਾਇੰਦੇ ਜੋ ਸੀਨੀਅਰ ਪੋਲਿਸੀ ਐਡਵਾਈਜ਼ਰ ਨੇ ਗਿਆਨ ਸਿੰਘ ਸੰਧੂ ਨੇ, ਉਹਨਾਂ ਦੇ ਵਿਚਾਰ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਇਸ ਵੇਲੇ, ਜੋ ਇਹ ਕਿਊਬਿਕ ਅਸੈਂਬਲੀ ਦੇ ਵਿੱਚ ਫੈਸਲਾ ਲਿਆ ਗਿਆ ਵਿਧਾਨ ਸਭਾ ਦੇ ਵਿੱਚ, ਕੀ ਪ੍ਰਤੀਕਰਮ ਹੈ ਉਹਨਾਂ ਦਾ, ਕੀ ਮਹਿਸੂਸ ਕਰ ਰਹੇ ਨੇ ਵਰਲਡ ਸਿੱਖ ਆਰਗੇਨਾਈਜੇਸ਼ਨ ਵਾਲੇ। ਲਓ ਜੀ, ਸਿੱਧਾ ਚੱਲਦੇ ਹਾਂ ਗਿਆਨ ਸਿੰਘ ਸੰਧੂ ਦੇ ਕੋਲ। ਜੀ ਗਿਆਨ ਸਿੰਘ ਸੰਧੂ ਜੀ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ, ਤੁਹਾਡੇ ਸਾਰੇ ਸਰੋਤਿਆਂ ਦਾ ਵੀ ਗੁਰ ਫਤਿਹ ਜੀ। ਜੀ, ਸੋ ਇਹ ਸੰਧੂ ਸਾਹਿਬ, ਜੋ ਫੈਸਲਾ ਆਇਆ ਕਿਊਬੈਕ ਦੀ ਅਸੈਂਬਲੀ ਦੇ ਵਿੱਚ ਪਾਬੰਦੀ ਲਗਾਈ ਗਈ ਹੈ ਕਿਰਪਾਨ ਲਿਜਾਣ ਤੇ, ਇਸ ਦੇ ਬਾਰੇ ਤੁਹਾਡਾ ਕੀ ਪ੍ਰਤੀਕਰਮ ਹੈ? ਜਿਸ ਤਰ੍ਹਾਂ ਤੁਸੀਂ ਪਹਿਲਾਂ ਪੀਟਰ ਉਹਨਾਂ ਕੋਲ ਸੁਣੀ ਚੁੱਕਿਆ ਹੋਗਾ, ਇਹ ਤਾਂ ਕੋਈ ਹੈਰਾਨੀ ਵਾਲੀ ਗੱਲ ਨੀ, ਬੜੀ ਦੁਖਦਾਇਕ ਜਿਹੜੀ ਹੈ ਗੱਲ ਹੈਗੀ ਆ ਜਿਹੜਾ ਫੈਸਲਾ ਹੋਇਆ। ਸਵਾਲ ਜਿਹੜਾ ਸਾਡੇ ਸਾਹਮਣੇ ਵੱਡਾ ਖੜਾ ਹੋ ਜਾਂਦਾ ਹੈ ਉਹ ਇਹ ਹੋ ਜਾਂਦਾ ਕਿ ਕੀ ਕੁਬੈਕ ਕੈਨੇਡਾ ਦਾ ਇੱਕ ਸੂਬਾ ਹੈ? ਜੇ ਕੈਨੇਡਾ ਦਾ ਸੂਬਾ ਹੈ ਤਾਂ ਕੀ ਕੈਨੇਡੀਅਨ ਜਿਹੜਾ ਕਾਨੂੰਨ ਹੈ ਉਹ ਇਹਦੇ ਤੇ ਲਾਗੂ ਹੁੰਦਾ? ਇਹ ਦੋ ਸਵਾਲ ਉਹਨਾਂ ਨੇ ਪੈਦਾ ਕਰ ਦਿੱਤੇ ਨੇ। ਇਹ ਦੋਨੋਂ ਸਵਾਲ ਉਹਨਾਂ ਦੀ ਆਪਣੇ ਇਸ ਮੋਸ਼ਨ ਦੇ ਵਿੱਚ ਵੀ ਆਏ ਨੇ। ਉਦਾਹਰਨ ਵਜੋਂ ਜਿਹੜਾ ਮੋਸ਼ਨ ਸੀ, ਮੋਸ਼ਨ ਰੱਖਿਆ ਗਿਆ ਸੀ
ਵੀ ਸਿਕਿਉਰਿਟੀ ਵਾਲਿਆਂ ਨੇ ਜੋ ਫੈਸਲਾ ਕੀਤਾ ਉਹ ਸਹੀ ਫੈਸਲਾ ਕੀਤਾ, ਕਿਉਂਕਿ ਸਾਡਾ ਜਿਹੜਾ ਸੂਬਾ ਹੈ ਇਹ ਬਾਕੀ ਕੈਨੇਡਾ ਦੇ ਮਲਟੀਕਲਚਰਲ ਸਿਸਟਮ ਨੂੰ, ਬਹੁਤ ਸਭਿਅਕ ਸਿਸਟਮ ਨੂੰ ਨਹੀਂ ਅਪਣਾਉਂਦਾ ਅਤੇ ਨਾ ਹੀ ਸੁਪਰੀਮ ਕੋਰਟ ਆਫ ਕੈਨੇਡਾ ਦੇ ਫੈਸਲੇ ਨੂੰ ਮੰਨਦਾ। ਇਹ ਦੋ ਚੀਜ਼ਾਂ ਜਿਹੜੀਆਂ ਬੜੀਆਂ ਉਭਰ ਕੇ ਸਾਹਮਣੇ ਆਈਆਂ। ਇਹ ਤੋਂ ਇਹ ਜ਼ਾਹਰ ਹੁੰਦਾ ਕਿਉਂਕਿ ਇਸ ਵੇਲੇ ਜਿਹੜੀ ਕੈਨੇਡੀਅਨ ਡੈਮੋਕ੍ਰੇਸੀ ਹੈ ਇਹਦੀ ਤੇ ਜੁਡੀਸ਼ਰੀ ਦੀ ਜਿਹੜੀ ਪ੍ਰੈਜੈਂਟ ਸਟੇਟਸ ਹੈ ਕੈਨੇਡਾ ਦੇ ਵਿੱਚ ਇਹਦੇ ਵਾਸਤੇ ਖਤਰੇ ਵਾਲੀ ਗੱਲ ਹੈ। ਜਿਹੜੇ ਕਿ ਆਮ ਵਿਅਕਤੀ ਕੁਬੈਕ ਦੇ ਵਿੱਚ ਸ਼ਾਇਦ ਬੈਠੇ ਹੋਏ ਨਹੀਂ ਸਮਝ ਰਹੇ, ਜਾਂ ਈਵਨ ਬਾਹਰ ਵੀ ਜਿਹੜੇ ਕੋਈ ਸਵਾਲ ਕਰਦਾ ਇਸ ਚੀਜ਼ ਤੋਂ ਸਮਝਣ ਤੋਂ ਅਸਮਰਥ ਹੈਗੇ ਨੇ, ਕਿਉਂਕਿ ਕਿਸੇ ਦੇਸ਼ ਦੀ ਲੋਕ ਰਾਜ ਜਿਹੜੀ ਚੱਲਦੀ ਹੈ ਉਹ ਉੱਥੋਂ ਦੇ ਕਾਨੂੰਨ ਦੇ ਆਧਾਰੇ ਤੇ ਚੱਲਦੀ ਹੈ, ਉੱਥੋਂ ਦੇ ਜੁਡੀਸ਼ਰੀ ਸਿਸਟਮ ਤੇ ਚੱਲਦੀ ਹੈ। ਕੈਨੇਡਾ ਦੇ ਅੰਦਰ 2006 ਦੇ ਵਿੱਚ ਸੁਪਰੀਮ ਕੋਰਟ ਆਫ ਕੈਨੇਡਾ ਨੇ 8-0 ਦੇ ਹਿਸਾਬ ਦੇ ਨਾਲ ਫੈਸਲਾ ਕੀਤਾ ਸੀ ਕਿ ਸਿੱਖਾਂ ਦੀ ਕਿਰਪਾਨ ਇੱਕ ਧਾਰਮਿਕ ਅੰਗ ਆ, ਚਿੰਨ੍ਹ ਨਹੀਂ ਹੈ, ਖਿਮਾ ਕਰਨਾ, ਕਿਉਂਕਿ ਉੱਥੇ ਸ਼ਬਦ ਚਿੰਨ੍ਹ ਵੀ ਨਹੀਂ ਵਰਤਿਆ, ਕਿਉਂਕਿ ਆਪਾਂ ਕਈ ਵਾਰੀ ਆਪਣੇ ਕੋਲ ਸਾਡੇ ਕੋਲ ਅਣਜਾਣੇ ਵਿੱਚ ਹੀ ਗਲਤੀ ਹੋ ਜਾਂਦੀ ਕਿ ਸ਼ਾਇਦ ਇਹ ਸਾਡਾ ਚਿੰਨ੍ਹ ਆ, ਕਿਉਂਕਿ ਜੇ ਚਿੰਨ੍ਹ ਹੋਵੇ ਤਾਂ ਚਿੰਨ੍ਹ ਨੂੰ ਛੋਟਾ ਵੱਡਾ ਵੀ ਕੀਤਾ ਜਾ ਸਕਦਾ, ਚਿੰਨ੍ਹ ਨੂੰ ਕਿਸੇ ਹੋਰ ਤਰੀਕੇ ਨਾਲ ਵੀ ਪਾਇਆ ਜਾ ਸਕਦਾ। ਇਹ ਇੱਕ ਅੰਗ ਹੈਗਾ ਆ, ਇਟਸ ਐਨ ਆਰਟੀਕਲ ਆਫ ਫੇਥ ਜਿਹੜਾ ਸੁਪਰੀਮ ਕੋਰਟ ਆਫ ਕੈਨੇਡਾ ਨੇ ਫੈਸਲਾ ਦਿੱਤਾ ਹੋਇਆ, ਕਿਉਂਕਿ ਜਦ ਕੋਈ ਆਰਟੀਕਲ ਆਫ ਫੇਥ ਹੈ ਇਹਨੂੰ ਫਿਰ ਤੁਸੀਂ ਰਿਮੂਵ ਨਹੀਂ ਕਰਦੇ, ਕਿਉਂਕਿ ਆਪਾਂ ਸਾਰੇ ਜਾਣਦੇ ਜਿੰਨੇ ਅੰਮ੍ਰਿਤਧਾਰੀ ਹੈਗੇ ਸੌਣ ਵੇਲੇ ਵੀ ਨਾਲ ਆ ਤੇ ਨਹਾਉਣ ਵੇਲੇ ਵੀ ਨਾਲ ਆ, ਇਹ ਤੁਹਾਡਾ ਹਿੱਸਾ। ਇਹਦੇ ਵਿੱਚ ਬਿਗ ਇਸ਼ੂ ਜਿਹੜੇ ਅਰਾਈਜ਼ ਹੋਏ ਨੇ, ਖਾਸ ਕਰਕੇ ਜਿਹੜੀ ਆਪੋਜੀਸ਼ਨ ਪਾਰਟੀ ਹੈ ਕੁਬੈਕ ਦੇ ਵਿੱਚ PPOD, ਉਹ ਆਪਣਾ ਦੇਸ਼ ਵੱਖਰਾ ਬਣਾਉਣਾ ਚਾਹੁੰਦੇ, ਆਪਾਂ ਸਾਰੇ ਜਾਣਦੇ ਹਾਂ, ਔਰ ਆਪਣਾ ਦੇਸ਼ ਆਪਣਾ ਆਪਣੀ ਬੋਲੀ ਦੇ ਆਧਾਰ ਤੇ, ਆਪਣੇ ਸੱਭਿਆਚਾਰ ਦੇ ਆਧਾਰ ਦੇ ਉੱਤੇ, ਆਪਣੇ ਚੀਜ਼ਾਂ ਦੇ ਆਧਾਰ ਤੇ ਕਰਨਾ ਚਾਹੁੰਦੇ ਨੇ। ਔਰ ਉਹ ਇਹ ਕਹਿ ਰਹੇ ਨੇ ਕਿ ਸਾਡੇ ਦੇਸ਼ ਦੇ ਅੰਦਰ, ਸਾਡੇ ਜਾਂ ਸੂਬੇ ਦੇ ਅੰਦਰ ਨਹੀਂ, ਉਹ ਕਹਿੰਦੇ ਆਪਣੇ ਦੇਸ਼ ਦੇ ਅੰਦਰ ਕਹਿੰਦੇ ਨੇ, ਸਾਡੇ ਦੇਸ਼ ਦੇ ਅੰਦਰ ਮਲਟੀਕਲਚਰਲ ਨੂੰ ਕੋਈ ਥਾਂ ਨਹੀਂ, ਭਾਵ ਕਿ ਮਾਈਨੋਰਟੀਜ਼ ਨੂੰ ਕੋਈ ਥਾਂ ਨਹੀਂ। ਇੱਕ ਪਾਸਿਓਂ ਤਾਂ ਕੋਈ ਦੇਸ਼ ਆਪਣੀ ਆਜ਼ਾਦੀ ਦੀ ਖਾਤਰ ਜਾਂ ਕੰਮ ਕਰਦਾ ਹੈ ਤੇ ਘੱਟ ਗਿਣਤੀ ਦੇ ਲੋਕਾਂ ਦੀ ਸਭ ਤੋਂ ਵੱਧ ਰੱਖਿਆ ਵਾਸਤੇ ਵੱਖਰੇ ਵੱਖਰੇ ਕਾਨੂੰਨ ਬਣਾਉਂਦਾ, ਤੇ ਅੱਜ ਉਸ ਕਾਨੂੰਨ ਨੂੰ ਉਹ ਚੈਲੰਜ ਕਰ ਰਹੇ ਨੇ, ਤੇ ਅਸੀਂ ਸਵਾਲ ਜਿਹੜੇ ਇਸ ਵੇਲੇ ਸਾਡੇ ਵਾਸਤੇ ਪੈਦਾ ਹੋ ਗਏ ਨੇ ਕਿ ਜੇ ਕੁਬੈਕ ਦੇ ਅੰਦਰ ਉਹ ਇੱਕ ਤਰ੍ਹਾਂ ਫਰਾਂਸ ਵਾਲਾ ਸੈਕੂਲਰਿਜ਼ਮ ਜਾਂ ਲਾਫੀਠੇ ਵਾਲਾ ਜਿਹੜਾ ਸਿਸਟਮ ਉਹਨਾਂ ਦਾ ਚੱਲਦਾ ਹੈਗਾ ਫਰਾਂਸ ਦੇ ਵਿੱਚ, ਕੀ ਉਹ ਵਾਕਿਆ ਚਾਹੁੰਦੇ ਨੇ? ਜੇ ਉਹ ਚਾਹੁੰਦੇ ਨੇ ਤਾਂ ਫਿਰ ਉਹਨਾਂ ਨੂੰ ਸੋਚਣਾ ਪਏਗਾ ਵੀ ਫਰਾਂਸ ਦੇ ਅੰਦਰ ਘੱਟ ਗਿਣਤੀਆਂ ਲੋਕਾਂ ਨਾਲ ਅੱਜ ਕੀ ਵਾਪਰ ਰਿਹਾ ਤੇ ਰੋਜ਼ਾਨਾ ਉੱਥੇ ਕੀ ਮੁਸ਼ਕਲਾਂ ਦਾ ਸਾਹਮਣਾ ਉਹਨਾਂ ਗਵਰਨਮੈਂਟਾਂ ਨੂੰ ਕਰਨਾ ਪੈ ਰਿਹਾ। ਸੋ ਇਹ ਚੀਜ਼ਾਂ ਜਿਹੜੀਆਂ ਬੜੀ ਸੋਚਣ ਵਾਲੀਆਂ ਨੇ ਤੇ ਸਾਡੀ ਸਿੱਖ ਕਮਿਊਨਿਟੀ ਵਾਸਤੇ ਵੀ ਵਿਚਾਰਨ ਦੀ ਗੱਲ ਹੈ, ਕੋਈ ਸ਼ੱਕ ਵਾਲੀ ਗੱਲ ਨਹੀਂ, ਕਿਉਂਕਿ ਸਾਡੀ ਗਿਣਤੀ ਸਿੱਖਾਂ ਦੀ ਕੁਬੈਕ ਦੇ ਵਿੱਚ ਥੋੜੀ ਹੈ, ਤਕਰੀਬਨ ਅਸੀਂ ਗਿਣਦੇ ਪਰ ਥੋੜੀ ਏਡੀ ਵੀ ਨਹੀਂ ਹੈ ਕਿ ਅਸੀਂ ਸਾਡੀ ਗਿਣਤੀ ਦੇ ਹਿਸਾਬ ਨਾਲ ਉੱਥੇ ਤਕਰੀਬਨ ਫਿਰ ਵੀ ਅਬਾਊਟ 28,000-30,000 ਸਿੱਖਾਂ ਦੀ ਗਿਣਤੀ ਹੈ ਇਸ ਵੇਲੇ, ਔਰ ਜ਼ਿਆਦਾਤਰ ਜਿਹੜੇ ਰਹਿ ਰਹੇ ਨੇ ਉਹ ਮੌਂਟਰੀਆਲ ਦੇ ਹਲਕੇ ਵਿੱਚ ਰਹਿ ਰਹੇ ਨੇ, ਔਰ ਮੌਂਟਰੀਆਲ ਦੇ ਹਲਕੇ ਦੇ ਵਿੱਚੋਂ ਹਮੇਸ਼ਾ ਲਿਬਰਲ ਜਿਹੜੇ ਉਹਨਾਂ ਦੇ MNA ਨੇ ਆਪਣੇ MLA ਉਹਨਾਂ ਨੂੰ ਆਪਣੇ ਨੈਸ਼ਨਲ ਅਸੈਂਬਲੀ ਦੇ ਮੈਂਬਰ ਸਾਧਦੇ ਨੇ ਤੇ ਉਹ ਚੁਣ ਕੇ ਜਾਂਦੇ ਨੇ, ਉਹਨਾਂ ਦਾ ਫਰਜ਼ ਬਣਦਾ ਉਹਨਾਂ ਨਾਲ ਉਹ ਆਪਣੀ ਜਾਣ ਪਹਿਚਾਣ ਕਰਾਉਣ, ਉਹਨਾਂ ਨੂੰ ਦੱਸਣ ਕਿ ਸਿੱਖ ਕਿਰਪਾਨ ਦੀ ਕੀ ਮਹੱਤਤਾ ਹੈ। ਪਰ ਇਹ ਤੋਂ ਵੀ ਸਾਡੀਆਂ ਕਈ ਗਲਤੀਆਂ ਸਾਹਮਣੇ ਆਉਂਦੀਆਂ, ਜਗਨਾਥ ਸਿੰਘ ਜੀ ਮੈਂ ਇੱਕ ਚੀਜ਼ ਨੂੰ ਕਲੈਰੀਫਾਈ ਕਰ ਦੇਣਾ ਚਾਹੁੰਦਾ, ਕਿਉਂਕਿ ਇਸ ਵੇਲੇ ਕੱਲ ਵੀ ਇਹ ਸਵਾਲ ਉੱਠਿਆ ਸੀ ਅਸੈਂਬਲੀ ਦੇ ਅੰਦਰ ਵੀ, ਜਾਂ ਰਿਪੋਰਟਰਸ ਨੇ ਉਹਨਾਂ ਨੂੰ ਜਾ ਕੇ ਪੁੱਛਿਆ ਕਿ ਇਹ ਕਿਉਂ ਕੀਤਾ ਜਾ ਰਿਹਾ, ਤੁਹਾਡੀ ਅਸੈਂਬਲੀ ਦੇ ਅੰਦਰ ਰੈਸਟੋਰੈਂਟ ਹੈ, ਰੈਸਟੋਰੈਂਟ ਦੇ ਅੰਦਰ ਤੁਸੀਂ ਸਟੇਕ ਨਾਈਫ ਰੱਖਦੇ ਹੋ, ਦੂਸਰੇ ਸਾਰੇ ਯੂਟੈਂਸਲ ਆਪਣੇ ਫੋਕਸ ਐਂਡ ਨਾਈਫ ਵਰਤਦੇ ਹੋ, ਤੇ ਉਹਨੇ ਨਹੀਂ ਉਹ ਦੈਨ ਸ਼ੀ ਲਾਫਟ ਅਬਾਊਟ ਇਟ, ਯੂ ਨੋ ਉਹ ਮੈਡਮ ਜਿਹੜੀ ਇੰਚਾਰਜ ਹੈਗੀ ਸੀ ਉਹ ਬੋਜੋਂ ਉਹਨੇ ਹੱਸਣਾ ਸ਼ੁਰੂ ਕਰ ਦਿੱਤਾ। ਅਮਨ ਸਿੱਖਾਂ ਦੀ ਕਿਰਪਾਨ ਇੱਕ ਕੀ ਹਾਸੇ ਵਾਲੀ ਗੱਲ ਹੋ ਗਈ ਹੈ, ਇਹ ਤੇ ਸਾਨੂੰ ਚਿੰਤਾ ਪ੍ਰਗਟ ਹੋ ਰਹੀ ਹੈ, ਕਿਉਂਕਿ ਬਹੁਤ ਜਿਹੜੇ ਕਾਨੂੰਨੀ ਮਾਹਰ ਨੇ ਈਵਨ ਕੁਬੈਕ ਦੇ ਅੰਦਰ, ਕਿਉਂਕਿ ਸਾਡਾ ਅੱਜ ਦਾ ਦਿਨ ਬੇਸਿਕਲੀ ਸਵੇਰ ਤੋਂ ਜ਼ਿਆਦਾਤਰ ਕੈਨੇਡਾ ਦੇ ਵਿੱਚ ਕਾਨੂੰਨ ਦੇ ਜਿਹੜੇ ਮਾਹਰ ਹੈ ਲੋਕੀ ਕੰਸਟੀਟਿਊਸ਼ਨ ਦੇ ਮਾਹਰ ਨੇ ਉਹਨਾਂ ਦੇ ਨਾਲ ਸਲਾਹ ਮਸ਼ਵਰਾ ਚੱਲ ਰਿਹਾ ਸੀ, ਉਹ ਵੀ ਲੋਕੀ ਬਹੁਤ ਚਿੰਤਾ ਪ੍ਰਗਟ ਕਰਦੇ ਆ ਜਿਹੜੇ ਕਿ ਉਸ ਸੂਬੇ ਦੇ ਵਿੱਚ ਵਸਦੇ। ਜ਼ਰੂਰੀ ਨਹੀਂ ਵੀ ਸਿੱਖ ਜਿਹੜੇ ਵਕੀਲਾਂ ਦੀ ਗੱਲ ਨਹੀਂ ਮੈਂ ਕਰ ਰਿਹਾ, ਗੈਰ ਸਿੱਖ ਵਕੀਲਾਂ ਦੀ ਗੱਲ ਕਰ ਰਿਹਾ ਹੈਗਾ, ਔਰ ਲੋਕੀ ਵੀ ਉਹ ਚਿੰਤਾ ਪ੍ਰਗਟਾ ਰਹੇ ਨੇ ਕਿ ਜੇ ਸੁਪਰੀਮ ਕੋਰਟ ਆਫ ਕੈਨੇਡਾ ਦਾ ਫੈਸਲਾ ਇਹ ਸੂਬਾ ਮੰਨਣ ਨੂੰ ਤਿਆਰ ਨਹੀਂ ਤੇ ਇਸੇ ਫਿੱਕੇ ਦਾ ਫੈਸਲਾ ਮੰਨਣਗੇ। ਇਹ ਚੀਜ਼ਾਂ ਜਿਹੜੀਆਂ ਸਾਡੇ ਵਾਸਤੇ ਬੜੀ ਸੋਚਣ ਵਾਲੀਆਂ ਗੱਲਾਂ ਨੇ ਜੀ। ਸੋ ਦੋਸਤੋ ਗੱਲਬਾਤ ਜਾਰੀ ਰੱਖਾਂਗੇ, ਲੈਣੇ ਆ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਤੇ ਫਿਰ ਵਾਪਸ ਆਉਂਦੇ ਆ ਪ੍ਰੋਗਰਾਮ ਦੇ ਵਿੱਚ, ਸਾਡੇ ਨਾਲ ਸ਼ਾਮਿਲ ਰਹਿਣਾ ਇਸ ਪ੍ਰੋਗਰਾਮ ਦੇ ਵਿੱਚ। ਤੁਸੀਂ ਸ਼ਾਮਲ ਹੋ ਜਰਨੈਲ ਬਸੋਤਾ ਦੇ ਨਾਲ ਟਾਕ ਸ਼ੋ ਭੱਖ ਦੇ ਮਸਲੇ ਦੇ ਵਿੱਚ। ਇਸ ਵੇਲੇ ਜੋ ਭੱਖ ਦਾ ਮਸਲਾ ਹੈ ਉਹ ਕਿਊਬਿਕ ਦੇ ਵਿੱਚ ਅਸੈਂਬਲੀ ਦੇ ਵਿੱਚ ਕਿਰਪਾਨ ਲਿਜਾਣ ਤੇ ਜੋ ਪਾਬੰਦੀ ਲਗਾਈ ਗਈ ਹੈ ਇਹ ਭੱਖ ਦਾ ਮਸਲਾ ਹੈ, ਦੁਨੀਆਂ ਭਰ ਦੇ ਅਖਬਾਰਾਂ ਦੀਆਂ ਸੁਰਖੀਆਂ ਵਿੱਚ ਹੈ।
ਪਹਿਲਾਂ ਗੱਲਬਾਤ ਕੀਤੀ ਸੀ ਆਪਣੀ ਆਪਾਂ MLA ਪੀਟਰ ਸੰਧੂ ਦੇ ਨਾਲ ਤੇ ਫਿਰ WSO ਦੇ ਜੋ ਸੀਨੀਅਰ ਪਾਲਿਸੀ ਐਡਵਾਈਜ਼ਰ ਨੇ ਗਿਆਨ ਸਿੰਘ ਸੰਧੂ ਨਾਲ ਗੱਲਬਾਤ ਕੀਤੀ ਤੇ ਹੁਣ ਸਿੱਧਾ ਚੱਲਦੇ ਆਪਾਂ ਕੈਲਗਰੀ ਦੇ ਵਿੱਚ ਮਨਪ੍ਰੀਤ ਭੁੱਲਰ ਦੇ ਕੋਲ ਜੀ ਜੀ ਮਨਪ੍ਰੀਤ ਭੁੱਲਰ ਸਾਹਿਬ ਆਪ ਜੀ ਦਾ ਸਵਾਗਤ ਹੈ ਇਸ ਪ੍ਰੋਗਰਾਮ 'ਚ ਸ਼ਾਮਲ ਹੋਣ ਲਈ ਹਾਂਜੀ ਬਸੋਤਾ ਸਾਹਿਬ ਸਤਿ ਸ੍ਰੀ ਅਕਾਲ ਜੀ ਸੋ ਭੁੱਲਰ ਸਾਹਿਬ ਕੀ ਤੁਹਾਡਾ ਪ੍ਰਤੀਕਰਮ ਹੈ ਜੋ ਕਿਊਬੈਕ ਦੀ ਅਸੈਂਬਲੀ ਦੇ ਵਿੱਚ ਕਿਰਪਾਨ ਲਿਜਾਣ ਤੇ ਪਾਬੰਦੀ ਲਗਾਈ ਗਈ ਹੈ ਇਸ ਬਾਰੇ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਬਸੋਤਾ ਸਾਹਿਬ ਅਫਸੋਸ ਵਾਲੀ ਗੱਲ ਆ ਜੀ ਡੈਫੀਨੇਟਲੀ ਮਨ ਨੂੰ ਬਹੁਤ ਮਹਿਸੂਸ ਹੁੰਦਾ ਯਾਰ ਕਿੱਥੇ ਇਸ ਦੇਸ਼ ਦੇ ਵਿੱਚ ਆਪਣੀ ਲੱਗਦਾ ਸੀ ਤੇ ਕਾਫੀ ਤਰੱਕੀ ਹੋਈ ਹੈ ਪਰ ਫਿਰ ਵਿੱਚ ਵਿੱਚ ਕਈ ਵਾਰੀ ਏਦਾਂ ਦੇ ਸੈਟਬੈਕਸ ਆ ਜਾਂਦੇ ਆ ਜਿਹਦੇ ਵਿੱਚ ਬੰਦਾ ਇੱਕ ਵਾਰੀ ਫਿਰ ਸੋਚਦਾ ਤੇ ਹਾਲੇ ਕੰਮ ਕਰਨ ਵਾਲਾ ਹੈਗਾ ਹਾਲੇ ਪ੍ਰੋਗਰੈਸ ਦੀ ਲੋੜ ਆ ਜੀ ਬੜਾ ਤੇ ਸੇਮ ਟਾਈਮ ਬਸੋਤਾ ਸਾਹਿਬ ਫਿਰ ਵੀ ਆਪਾਂ ਭੁੱਲੀਏ ਨਾ ਜੋ ਕੁਛ ਕਨੇਡਾ ਦੀ ਧਰਤੀ ਨੇ ਆਪਾਂ ਨੂੰ ਦਿੱਤਾ ਸਿੱਖ ਕੌਮ ਨੂੰ ਦਿੱਤਾ ਹੋਰ ਕਿਸੇ ਧਰਤੀ ਨੇ ਨਹੀਂ ਦਿੱਤਾ ਜੋ ਕੁਛ ਕਨੇਡਾ ਦੀ ਧਰਤੀ ਨੇ ਆਪਾਂ ਨੂੰ ਦਿੱਤਾ ਕਾਨੂੰਨ ਮੁਤਾਬਕ ਹੁਣ ਤੁਸੀਂ ਚੈੱਕ ਕਰ ਸਕਦੇ ਹਾਂ ਤੇ ਕੈਨੇਡਾ ਦੀ ਹਾਇਸਟ ਕੋਰਟਸ ਨੇ ਆਪਾਂ ਨੂੰ ਕੁਛ ਰਾਈਟਸ ਬਖਸ਼ੀਆਂ ਵਾ ਜਿਹੜੀ ਮੁਲਤਾਨੀ ਡਿਸੀਜ਼ਨ ਸੀ ਉਹਦੇ ਵਿੱਚ ਵੀ ਉਹਨਾਂ ਨੇ ਖੁਦ ਕਿਹਾ ਸੀ ਤੇ ਯੈਸ ਕਿਰਪਾਨ ਇਜ਼ ਅ ਰਿਲੀਜੀਅਸ ਇੰਸਟਰੂਮੈਂਟ ਐਂਡ ਦੇ ਹੈਵ ਦ ਰਾਈਟ ਟੂ ਵੇਅਰ ਇਟ ਪਰ ਕੁਛ ਲਿਮਿਟੇਸ਼ਨਸ ਉਹਨਾਂ ਨੇ ਖੁਦ ਕਿਹਾ ਸੀ ਉਸ ਡਿਸੀਜ਼ਨ ਦੇ ਵਿੱਚ ਕੁਛ ਲਿਮਿਟੇਸ਼ਨਸ ਜ਼ਰੂਰ ਚਾਹੀਦੀਆਂ ਵਾ ਤੇ ਉਹਨਾਂ ਨੇ ਹੁਣ ਮੈਨੂੰ ਐਗਜੈਕਟਲੀ ਖਿਆਲ ਨਹੀਂ ਕੇਸ ਪੜੇ ਨੂੰ ਵਾਹਵਾ ਚਿਰ ਹੋ ਗਿਆ ਉਸ ਕੇਸ ਵਿੱਚ ਉਹਨਾਂ ਨੇ ਕਿਹਾ ਸੀ ਕਿ ਕੁਛ ਕੋਰਟ ਹਾਊਸਿਸ ਐਂਡ ਸੋ ਆਨ ਕੁਛ ਏਦਾਂ ਦੀਆਂ ਜਗ੍ਹਾ ਹੈਗੀਆਂ ਵੇਅਰ ਪੀਪਲ ਕੈਨ ਹੈਵ ਲਿਮਿਟੇਸ਼ਨਸ ਸੋ ਸਿੱਖ ਭਾਈਚਾਰੇ ਨੂੰ ਮੇਰੇ ਵੱਲੋਂ ਦੋ ਮੈਸੇਜਿਸ ਆ ਇੱਕ ਮੈਸੇਜ ਤਾਂ ਇਹੀ ਆ ਤੇ ਯਾਦ ਰੱਖੋ ਕਿ ਆਪਾਂ ਹਾਲੇ ਵੀ ਇੱਕ ਮਾਈਨੋਰਿਟੀ ਆ ਆਪਾਂ ਤਾਂ ਵੀਰ ਜੀ ਫਿਰ ਵੀ ਐਜ਼ ਅ ਮੈਜੋਰਿਟੀ ਰਹਿੰਦੇ ਆ ਜਿੱਥੇ ਸਿੱਖ ਜਾਂਦੇ ਆ ਪੰਜਾਬੀ ਜਾਂਦੇ ਆ ਆਪਾਂ ਚਾਹੁੰਦੇ ਹਾਂ ਤੇ ਆਪਾਂ ਇਹ ਜੀ ਹੁਣ ਪੰਜਾਬ ਬਣਾਤਾ ਠੀਕ ਆ ਪਰ ਜਦੋਂ ਬਾਹਰ ਵਾਹ ਪੈਂਦਾ ਫਿਰ ਪਤਾ ਲੱਗਦਾ ਤੇ ਪੱਗ ਨਾਲ ਬਹੁਤ ਜ਼ਿਆਦਾ ਫਰਕ ਰੱਖਦੇ ਲੋਕੀ ਹਾਲੇ ਮੈਂ ਤੁਹਾਨੂੰ ਵੀਰ ਜੀ ਖੁਦ ਦੱਸ ਸਕਦਾ ਤੇ ਹੁਣ ਦਾਸ ਨੇ ਦਸਤਾਰ ਸਜਾਈ ਆ ਕੋਈ ਬਾਲਾ ਵਧੀਆ ਸਿੱਖ ਹੈ ਨੀ ਮੈਂ ਅਸੀਂ ਵੀ ਪਾਪੀ ਬੰਦੇ ਆ ਬਟ ਫਿਰ ਵੀ ਦਸਤਾਰ ਸਜਾਈ ਆ ਤੇ ਮੈਂ ਤੁਹਾਨੂੰ ਖੁਦ ਦੱਸ ਸਕਦਾ ਤੇ ਕਈ ਵਾਰੀ ਆ ਨੋਟ ਕਰੀਦਾ ਮਹਿਸੂਸ ਕਰੀਦਾ ਤੇ ਹਾਲੇ ਪੱਗ ਨਾਲ ਬਹੁਤ ਜ਼ਿਆਦਾ ਫਰਕ ਰੱਖਦੇ ਆ ਮੈਂ ਤੁਹਾਨੂੰ ਇੱਕ ਐਗਜਾਮਪਲ ਦਿੰਦਾ ਪਿਛਲੇ ਹਫ਼ਤੇ ਦੀ ਗੱਲ ਆ ਇੱਕ ਵਾਲੰਟੀਅਰ ਅਪਰੀਸ਼ੀਏਸ਼ਨ ਵਾਲਾ ਪ੍ਰੋਗਰਾਮ ਸੀਗਾ ਉੱਥੇ ਜਾਣਾ ਸੀ ਤੇ ਉੱਥੇ ਕੁਛ ਬੰਦੇ ਤਾਂ ਮੈਨੂੰ ਆਈ ਕੁਡ ਸੀ ਤੇ ਬਹੁਤ ਖੁਸ਼ ਸੀ ਮੈਨੂੰ ਦੇਖ ਕੇ ਪਰ ਇੱਕ ਬੰਦੇ ਨੇ ਕੁਛ ਆਪਣੇ ਕਹਿ ਲਓ ਰੇਸ਼ਲੀ ਚਾਰਜ ਜਿਹੀ ਗੱਲ ਮਾੜੀ ਵੀ ਕਹਿਤੀ ਕੋਈ ਬਾਹਲੀ ਖਾਸ ਵੀ ਨਹੀਂ ਸੀ ਪਰ ਫਿਰ ਤੁਹਾਨੂੂੰ ਫਿਰ ਵੀ ਮਹਿਸੂਸ ਹੋ ਜਾਂਦਾ ਤੇ ਯਾਰ ਹਾਲੇ ਲੋਕੀ ਫਰਕ ਬਹੁਤ ਰੱਖਦੇ ਆ ਪੱਗ ਨਾਲ ਸੋ ਐਜ਼ ਅ ਸਿੱਖ ਕੌਮ ਆਪਣੀ ਫਿਰ ਆਪਣੀ ਆਪਣੀ ਰਿਸਪੋਂਸਿਬਿਲਿਟੀ ਆਪਣੀ ਡਿਊਟੀ ਆ ਤੇ ਆਪਾਂ ਮੈਕਸੀਮਮ ਤੌਰ ਤੇ ਲੋਕਾਂ ਨੂੰ ਐਜੂਕੇਟ ਕਰੀਏ ਤੇ ਜਦੋਂ ਆਪਣੀ ਬੋਲ ਜਦੋਂ ਆਪਾਂ ਡਾਇਲੋਗ ਕਰਦੇ ਹਾਂ ਬਾਹਰਲਿਆਂ ਨਾਲ ਆਪਾਂ ਉਹਨਾਂ ਨਾਲ ਭਾਈਬੰਦੀ ਪਾਓ ਉਹਨਾਂ ਨੂੰ ਦਿਖਾਓ ਕਿ ਯਾਰ ਅਸੀਂ ਕੋਈ ਬਾਹਲੇ ਬਗਾਨੇ ਬੰਦੇ ਨੀ ਦਿਲ ਸਾਡੇ ਵੀ ਤੁਹਾਡੇ ਹੁੰਦੇ ਹੀ ਆ ਜੋ ਕੁਛ ਤੁਸੀਂ ਚਾਹੁੰਦੇ ਅਸੀਂ ਵੀ ਉਹੀ ਚਾਹੁੰਦੇ ਆ ਕੰਮ ਕਰਨ ਤੋਂ ਅਸੀਂ ਡਰਦੇ ਨੀ ਤੇ ਜਿੱਥੇ ਕਿਤੇ ਡੋਨੇਸ਼ਨ ਚਾਹੀਦੀ ਆ ਤਾਂ ਸੇਵਾ ਦੀ ਲੋੜ ਆ ਸਿੱਖ ਬੰਦੇ ਕਦੇ ਸੰਗਦੇ ਨੇ ਜੀ ਮਨਵੀਰ ਆਪਾਂ ਇਸ ਸਵਾਲ ਤੇ ਆਈਏ ਕਿਉਂਕਿ ਸਮੇਂ ਦੀ ਨਜ਼ਾਕਤ ਨੂੰ ਵੇਖਦੇ ਹੋਏ ਮੇਰਾ ਆਪ ਜੀ ਨੂੰ ਸਵਾਲ ਸਪਸ਼ਟ ਹੈ ਤੇ ਮੈਂ ਸਪਸ਼ਟ ਆਨਸਰ ਚਾਹੁੰਦਾ ਕਿ ਕਿਊਬੈਕ ਦੀ ਅਸੈਂਬਲੀ ਦੇ ਵਿੱਚ ਜੋ ਪਾਬੰਦੀ ਲਗਾਈ ਗਈ ਹੈ ਤੁਸੀਂ ਇਸ ਪਾਬੰਦੀ ਦੇ ਹੱਕ ਵਿੱਚ ਹੋ ਜਾਂ ਵਿਰੋਧ ਵਿੱਚ ਹੋ ਹਾਂ ਜਾਂ ਨਾ ਆਬਵੀਅਸਲੀ ਬਸੋਤਾ ਸਾਹਿਬ ਸਵਾਲ ਹੀ ਤੁਸੀਂ ਹੁਣ ਆਪ ਸੋਚ ਲਓ ਯਾਰ ਮੈਂ ਨਾ ਕਦੀ ਖਾਧਾ ਨਾ ਪੀਤਾ ਧਰਮ ਨਾਲ ਪਿਆਰ ਆ ਬਚਪਨ ਤੋਂ ਧਰਮ ਨਾਲ ਪਿਆਰ ਆ ਦੁੱਖ ਸਾਨੂੰ ਬਹੁਤ ਲੱਗਦਾ ਵਾ ਆਈ ਵਿਸ਼ ਦੇ ਹੈਡ ਨਾਟ ਡਨ ਦੈਟ ਆਬਵੀਅਸਲੀ ਇਹਨਾਂ ਸਾਰਿਆਂ ਨੂੰ ਦੁੱਖ ਲੱਗਦਾ ਆਈ ਵਿਸ਼ ਦੇ ਹੈਡ ਨਾਟ ਡਨ ਦੈਟ ਜੀ ਮਨਪ੍ਰੀਤ ਦੁੱਖ ਤਾਂ ਆਪਾਂ ਨੂੰ ਲੱਗਦਾ ਹੀ ਆ
ਬਟ ਮੈਂ ਬਸ ਇੰਨਾ ਮੈਸੇਜ ਕਹਿ ਰਿਹਾ, ਦੋ ਮੈਸੇਜ ਸੀ ਆ, ਡੋਂਟ ਫੋਰਗੈਟ ਕਿ ਹਾਲੇ ਕੰਮ ਬਹੁਤ ਕਰਨ ਵਾਲੇ ਆ, ਬਾਹਰਲੀ ਕਮਿਊਨਿਟੀਜ਼ ਵਿੱਚ ਐਜੂਕੇਸ਼ਨ ਦੀ ਹਾਲੇ ਬਹੁਤ ਲੋੜ ਆ, ਨੰਬਰ ਵਨ, ਐਂਡ ਨੰਬਰ ਟੂ ਮੈਸੇਜ ਇਹੀ ਆ ਕਿ ਡੋਂਟ ਆਲਸੋ ਫੋਰਗੈਟ ਕਿ ਜੋ ਕੁਛ ਕਨੇਡਾ ਦੀ ਧਰਤੀ ਨੇ ਤੇ ਕੈਨੇਡੀਅਨ ਕਾਨੂੰਨਾਂ ਨੇ ਆਪਾਂ ਨੂੰ ਦਿੱਤਾ, ਉਹ ਹੋਰ ਕਿਤੇ ਨਹੀਂ ਆਪਾਂ ਨੂੰ ਮਿਲਿਆ। ਜੀ ਮਿਹਰਬਾਨੀ ਮਨਮੀਤ ਜੀ, ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ ਸੁਖਾ ਸਾਹਿਬ ਜੀ। ਸੋ ਇਹ ਸਨ ਮਨਮੀਤ ਭੁੱਲਰ ਹੁਣੀ MLA ਜੋ ਕੈਲਗਰੀ ਤੇ ਨੇ, ਖੁਦ ਪੂਰਨ ਗੁਰਸਿੱਖ ਨੇ, ਇਹਨਾਂ ਦੇ ਜੋ ਵਿਚਾਰ ਸੀ ਤੁਸੀਂ ਸਾਰਿਆਂ ਨੇ ਸੁਣੇ ਹੈ। ਤੇ ਇੱਕ MLA ਹੋ ਕੇ, ਇੱਕ ਸਰਕਾਰ ਦੇ ਵਿੱਚ ਹੋ ਕੇ ਪੀਟਰ ਸੰਧੂ ਤੇ ਮਨਮੀਤ ਭੁੱਲਰ ਨੇ ਖੁਦ ਇਹਨਾਂ ਨੇ ਜੋ ਫੈਸਲਾ ਲਿਆ ਗਿਆ ਹੈ ਇਸ ਦਾ ਵਿਰੋਧ ਕੀਤਾ ਹੈ, ਇਸ ਤੇ ਦੁੱਖ ਪ੍ਰਗਟ ਕੀਤਾ ਹੈ ਕਿ ਇਹ ਜੋ ਪਾਬੰਦੀ ਲਗਾਈ ਗਈ ਹੈ ਇਸ ਦੇ ਨਾਲ ਇਹਨਾਂ ਦੇ ਮਨਾਂ ਨੂੰ ਵੀ ਠੇਸ ਪਹੁੰਚੀ ਹੈ। ਤੇ ਆਓ ਜੀ ਫੇਰ ਚੱਲਦੇ ਹਾਂ ਗਿਆਨ ਸਿੰਘ ਸੰਧੂ ਉਹਨਾਂ ਕੋਲ, ਕੀ ਉਹਨਾਂ ਦਾ ਅੱਗੇ ਇਸ ਬਾਰੇ ਪ੍ਰਤੀਕਰਮ ਹੈ। ਮਨਮੀਤ ਭੁੱਲਰ ਦੇ ਵੀ ਵਿਚਾਰ ਸੁਣ ਲਏ, ਪੀਟਰ ਦੇ ਵੀ ਸੁਣ ਲਏ, ਸੋ ਗੱਲਬਾਤ ਜਾਰੀ ਰੱਖਾਂਗੇ। ਪਰ ਪਹਿਲਾਂ ਮੇਰਾ ਖਿਆਲ ਹੈ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਲੈਂਦੇ ਹਾਂ ਜੀ, ਫਿਰ ਵਾਪਸ ਚੱਲਦੇ ਹਾਂ ਗਿਆਨ ਸਿੰਘ ਸੰਧੂ ਉਹਨਾਂ ਕੋਲ। ਵੈਲਕਮ ਬੈਕ, ਤੁਸੀਂ ਸ਼ਾਮਲ ਹੋ ਜਰਨੈਲ ਬਸੋਤਾ ਦੇ ਨਾਲ ਟਾਕ ਸ਼ੋਅ ਭਗਤ ਦੇ ਮਸਲੇ ਦੇ ਵਿੱਚ। ਅਸੀਂ ਹੌਲੀ ਹੌਲੀ ਅੱਜ ਦੇ ਟਾਕ ਸ਼ੋਅ ਦੇ ਅੰਤਿਮ ਪੜਾਅ 'ਚ ਪ੍ਰਵੇਸ਼ ਕਰ ਚੁੱਕੇ ਹਾਂ। ਗੱਲ ਕਰਦੇ ਹਾਂ WSO ਦੇ ਸੀਨੀਅਰ ਪਾਲਿਸੀ ਐਡਵਾਈਜ਼ਰ ਸਰਦਾਰ ਗਿਆਨ ਸਿੰਘ ਸੰਧੂ ਉਹਨਾਂ ਨਾਲ। ਜੀ ਸੰਧੂ ਸਾਹਿਬ, ਜਿਸ ਤਰ੍ਹਾਂ ਪੀਟਰ ਸੰਧੂ ਨੇ ਵੀ ਕਿਹਾ ਹੈ ਤੇ ਨਾਲ ਮਨਮੀਤ ਭੁੱਲਰ ਉਹਨਾਂ ਨੇ ਵੀ ਗੱਲਬਾਤ ਕੀਤੀ ਹੈ, ਜੋ ਇੱਕ ਹੋਰ ਪੁਆਇੰਟ ਉਠਾਇਆ ਸੀ ਮਨਮੀਤ ਭੁੱਲਰ ਨੇ ਮੁਲਤਾਨੀ ਵਾਲੇ ਕੇਸ ਦਾ, ਇਹ ਕੇਸ ਹੈ ਕਿ ਇਸ ਦੇ ਬਾਰੇ ਬਰੀਫ ਜੀ ਜਾਣਕਾਰੀ ਦਿਓ। ਹਾਂਜੀ, ਮੈਂ ਤਾਂ ਦੋਨਾਂ ਦਾ ਧੰਨਵਾਦ ਸਰ ਇੱਕ ਵਾਰੀ ਕਰਨਾ ਚਾਹੁੰਦਾ, ਮਨਮੀਤ ਸਿੰਘ ਤੇ ਪੀਟਰ ਸੰਧੂ, ਤੁਹਾਨੂੰ ਸਾਰਿਆਂ ਨੂੰ, ਆਪਾਂ ਸਾਰਿਆਂ ਨੂੰ ਸਿੱਖ ਕੌਮ ਨੂੰ ਮਾਣ ਹੈ ਇਹਨਾਂ ਨੌਜਵਾਨਾਂ ਦੇ ਉੱਤੇ, ਕਿਉਂਕਿ ਵੱਧ ਚੜ ਕੇ ਇਹ ਸਿਆਸੀ ਹਲਕਿਆਂ ਦੇ ਵਿੱਚ ਸਿੱਖੀ ਦੇ ਬਾਰੇ ਜਾਣਕਾਰੀ ਵੀ ਦਿੰਦੇ ਰਹਿੰਦੇ ਨੇ, ਜਿੱਥੇ ਕੋਈ ਇਸ਼ੂ ਆਉਂਦਾ ਉੱਥੇ ਸਟੈਂਡ ਵੀ ਗੁੜ ਲੈਂਦੇ ਨੇ। ਮੁਲਤਾਨੀ ਸਾਹਿਬ ਦਾ ਕੇਸ ਜਿਹੜਾ ਨੌਜਵਾਨ ਦਾ ਕੀਤਾ ਸੀ ਰੈਫਰੈਂਸ ਆਪਣੇ ਮਨਮੀਤ ਸਿੰਘ ਨੇ, ਸ਼ਾਇਦ ਉਹਨਾਂ ਨੂੰ ਪੂਰੀ ਕਲੈਰਿਟੀ ਨਹੀਂ ਸੀ, ਮੈਂ ਦੱਸਿਆ ਵੀ ਸੀ, ਮੈਂ ਉਹ ਕਲੈਰੀਫਾਈ ਕਰ ਦੇਣਾ ਚਾਹੁੰਦਾ, ਕਿਉਂਕਿ ਮੁਲਤਾਨੀ ਦੇ ਕੇਸ ਦੇ ਉੱਤੇ ਗੁਰਬਾਜ ਸਿੰਘ ਆ ਨੌਜਵਾਨ ਬੱਚੇ ਦੇ ਨਾਂ, ਉਹਨਾਂ ਨੇ ਫੈਸਲਾ ਦਿੱਤਾ ਸੀ ਵੀ ਕਿਰਪਾਨ ਜਿਹੜੀ ਆ ਇਹ ਸਿੱਖ ਦਾ ਅਨਿੱਖੜਵਾਂ ਅੰਗ ਆ, ਕੋਈ ਚਿੰਨ ਨਹੀਂ ਹੈਗਾ ਜਿਹੜਾ, ਜਿਸ ਤਰ੍ਹਾਂ ਮੈਂ ਪਹਿਲਾਂ ਕਲੈਰੀਫਾਈ, ਔਰ ਇਹਦਾ ਜਿਹੜਾ ਸਾਈਜ਼ ਸੀਗਾ ਉਹਨੇ ਉੱਥੇ ਸਾਈਜ਼ ਤੇ ਲਿਆਂਦਾ ਵੀ ਇਹਨੂੰ ਇਸ ਉਸ ਸਾਈਜ਼ ਦੀ ਪਾਈ ਜਾਵੇ ਔਰ ਅੰਦਰ ਕੱਪੜਿਆਂ ਦੇ ਥੱਲੇ ਪਾਈ ਜਾਵੇ ਤਾਂ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ। ਜਿੱਥੋਂ ਤੱਕ ਕਚਹਿਰੀ ਦੇ ਜਾਣ ਦੀ ਗੱਲ ਹੈ, ਸੁਪਰੀਮ ਕੋਰਟ ਆਫ ਕੈਨੇਡਾ ਦੇ ਵਿੱਚ ਹਰ ਇੱਕ ਸਿੱਖ, ਤੁਸੀਂ ਹੋਵੋ ਮੈਂ ਹੋਵਾਂ, ਕਿਰਪਾਨ ਪਾਈ ਹੋਵੇ, ਸੁਪਰੀਮ ਕੋਰਟ ਆਫ ਕੈਨੇਡਾ ਦੇ ਅੰਦਰ ਤੁਸੀਂ ਜਾ ਸਕਦੇ ਹੋ। ਉਹ ਕੁਛ ਮੁਸ਼ਕਲਾਂ ਬਾਹਰਲੇ ਕੋਰਟਾਂ ਵਿੱਚ ਨੇ, ਫਾਰ ਐਗਜ਼ਾਮਪਲ ਇਸ ਵੇਲੇ ਅਲਬਰਟਾ ਵਿੱਚ ਇੱਕ ਮੁਸ਼ਕਲ ਆ ਰਹੀ ਹੈ ਇੱਕ ਨੌਜਵਾਨ ਸਿੱਖ ਦੀ ਜਿਹਨੂੰ ਗਵਾਹੀ ਵਾਸਤੇ ਸੱਦਿਆ ਸੀ, ਉਹ ਕੇਸ ਵੀ WSO ਇਸ ਵੇਲੇ ਹੈਂਡਲ ਕਰ ਰਹੀ ਹੈ, ਆਈ ਥਿੰਕ ਉਹ ਵੀ ਸੋਲਵ ਹੋ ਜਾਣਗੇ ਮਸਲੇ, ਐਸੀ ਕੋਈ ਗੱਲ ਨਹੀਂ। ਪਰ ਸੁਪਰੀਮ ਕੋਰਟ ਆਫ ਕੈਨੇਡਾ ਨੇ ਤਾਂ ਬਿਲਕੁਲ ਖੁੱਲ੍ਹ ਦਿੱਤੀ ਹੋਈ ਹੈ, ਤੁਸੀਂ ਜਾਣੇ ਹੋ, ਅਸੀਂ ਜਾਣੇ ਹੋ, ਸਾਡੇ ਵਕੀਲ ਤਾਂ ਸਦਾ ਜਾਂਦੇ ਨੇ, ਸੋ ਉਹਨਾਂ ਵਿੱਚ ਕੋਈ ਪ੍ਰੋਬਲਮ ਨਹੀਂ ਹੈਗੀ। ਲੇਕਿਨ ਦੂਜੇ ਪਾਸੇ ਹੁਣ ਕਿਊਬੈਕ ਦੀ ਗੱਲ ਕਰੀਏ, ਕਿਊਬੈਕ ਆਪਣੇ ਆਪ ਨੂੰ ਬਹੁਤ ਸੈਕੂਲਰ ਸਟੇਟ ਕੁਹਾ ਰਿਹਾ, ਤੇ ਇਸ ਦੇ ਬਾਰੇ ਤੁਹਾਡਾ ਕੀ ਪ੍ਰਤੀਕਰਮ ਹੈ? ਤੇ ਜੇ ਸੈਕੂਲਰ ਹੈ ਤਾਂ ਅਜਿਹੇ ਮਸਲੇ ਕਿਉਂ ਖੜੇ ਹੁੰਦੇ ਨੇ? ਪਹਿਲਾਂ ਬੁਰਕੇ ਦੀ ਪ੍ਰੋਬਲਮ ਆਈ ਸੀ ਸਾਡੇ ਮੁਸਲਮਾਨ ਭਰਾਵਾਂ ਨੇ, ਜਿਸ ਦਾ ਡਟ ਕੇ ਸਟੈਂਡ ਲਿਆ ਸੀ ਜਿਸ ਦੇ ਲਈ, ਤੇ ਨਾਲ ਹੀ ਹੁਣ ਆ ਕਿਰਪਾਨ ਦੀ ਪ੍ਰੋਬਲਮ ਆਈ ਹੈ, ਫਿਰ ਸੈਕੂਲਰ ਸਟੇਟ ਕਿਸ ਤਰ੍ਹਾਂ ਕਹਿ ਸਕਦੇ ਹਾਂ ਕਿ ਸੈਕੂਲਰ ਸੂਬਾ ਹੈਗਾ? ਦੇਖੋ ਜੀ, ਉਹਦੀ ਸੈਕੂਲਰਿਟੀ ਤੇ ਸਵਾਲ ਪੈਦਾ ਹੁੰਦਾ ਆ, ਕਿਉਂਕਿ ਇੱਕ ਸੈਕੂਲਰ ਕਹਿ ਦੇਣਾ ਵੱਖਰੀ ਗੱਲ ਹੈ ਔਰ ਪ੍ਰੈਕਟੀਕਲ ਰੂਪ ਦੇਣਾ ਵੱਖਰੀ ਗੱਲ ਹੈ। ਇਹ ਕੁਬੈਕ ਦੇ ਅੰਦਰ ਤੁਸੀਂ ਦੇਖੋ ਸੈਕੂਲਰਿਟੀ ਦੇ ਜਿਹੜੇ ਇਸ਼ੂ ਨੇ, ਜਿਸ ਤਰ੍ਹਾਂ ਕੈਥੋਲਿਕ ਸਕੂਲ ਆ ਉਹਨਾਂ ਨੂੰ ਫੰਡਿੰਗ ਦਿੱਤੀ ਜਾਂਦੀ ਆ, ਦੂਸਰੇ ਸਕੂਲਾਂ ਨੂੰ ਦਿੱਤੀ ਨਹੀਂ ਜਾਂਦੀ। ਇਨਫੈਕਟ ਇਸ ਵੇਲੇ ਜ਼ੋਰ ਦੇ ਨਾਲ ਤੁਹਾਨੂੰ ਫ੍ਰੈਂਚ ਸਕੂਲ ਫ੍ਰੈਂਚ ਪੜ੍ਹਨੀ ਪੈਂਦੀ ਹੈ, ਅੱਜ ਤੋਂ 10 ਸਾਲ ਪਹਿਲਾਂ ਨਹੀਂ ਸੀ ਪੜ੍ਹਨੀ ਪੈਂਦੀ। ਜਿਹੜਾ ਬਿੱਲ 101 ਹੈ ਇਸ ਵੇਲੇ ਉਹਨਾਂ ਦਾ ਬਿਗ ਇਸ਼ੂ ਹੈ, ਉਸ ਦੇਸ਼ ਦੇ ਅੰਦਰ ਤੁਸੀਂ ਆਪਣਾ ਬਿਜ਼ਨਸ ਦਾ ਸਾਈਨ ਲਾਉਂਦੇ ਹੋ ਫ੍ਰੈਂਚ ਵਿੱਚ ਲਾ ਸਕਦੇ ਹੋ, ਇੰਗਲਿਸ਼ ਦਾ ਸਾਈਨ ਜਿਹੜਾ ਉਹ ਲਾਉਣ ਦੀ ਮਨਾਹੀ ਹੈ ਕਈ ਜਗ੍ਹਾ ਤੇ, ਜਿੱਥੇ ਲਾਉਂਦਾ ਵੀ ਉਹਦਾ ਸਾਈਜ਼ ਜਿਹੜਾ ਅੱਧਾ ਹੋਣਾ ਚਾਹੀਦਾ ਫ੍ਰੈਂਚ ਦੇ ਸਾਈਨ ਨਾਲ। ਇਹ ਸੈਕੂਲਰਿਟੀ ਦੀਆਂ ਨਿਸ਼ਾਨੀਆਂ ਨਹੀਂ, ਸੈਕੂਲਰ ਜਿਹੜੇ ਦੇਸ਼ ਹੋਇਆ ਕਰਦੇ ਨੇ ਜਾਂ ਉਹ ਹਮੇਸ਼ਾ ਉਹ ਡਰਦੇ ਨਹੀਂ ਕਿ ਦੂਸਰੇ ਲੋਕਾਂ ਦਾ ਧਰਮ ਕੀ ਹੈ, ਬ੍ਰਿਸਪਤ ਕਿ ਉਸ ਧਰਮ ਨੂੰ ਉਹਨਾਂ ਲੋਕਾਂ ਨੂੰ ਇਜਾਜ਼ਤ ਪੂਰੀ ਦਿੰਦੇ ਨੇ, ਬਰਾਬਰ ਦਾ ਹੱਕ ਦਿੰਦੇ ਨੇ ਹਰ ਇੱਕ ਸਿਟੀਜ਼ਨ ਨੂੰ। ਜੀ, ਸੋ ਹੁਣ ਕੁੱਲ ਮਿਲਾ ਕੇ ਆਪਾਂ ਅਗਰ ਸਮ ਅਪ ਕਰੀਏ, ਤੁਹਾਡੀ ਸੰਸਥਾ ਜੋ ਵਰਲਡ ਸਿੱਖ ਆਰਗੇਨਾਈਜੇਸ਼ਨ ਹੈ, ਇਸ ਦਾ ਕੀ ਸਟੈਂਡ ਹੈ, ਕਿਸ ਤਰ੍ਹਾਂ ਫਿਰ ਇਸ ਮਸਲੇ ਨੂੰ ਹੱਲ ਕੀਤਾ ਜਾਏਗਾ ਜੋ ਪਾਬੰਦੀ ਲਗਾਈ ਹੋਈ ਹੈ, ਤੇ ਇਸ ਤਰ੍ਹਾਂ ਆਉਣ ਵਾਲੇ ਸਮੇਂ 'ਚ ਹੋਰ ਸਮੱਸਿਆਵਾਂ ਖੜੀਆਂ ਹੋ ਸਕਦੀਆਂ ਨੇ, ਕਿਸ ਤਰ੍ਹਾਂ ਨਜਿੱਠਿਆ ਜਾਏਗਾ ਫਿਰ ਇਸ ਮਾਮਲੇ ਨੂੰ? ਅਸੀਂ ਇਸ ਮਸਲੇ ਨੂੰ ਅਜੇ ਵੀ ਥਰੂ ਡਾਇਲੋਗ, ਆਈ ਥਿੰਕ ਮਨਮੀਤ ਸਿੰਘ ਹੋਣੀ, ਪੀਟਰ ਹੋਣੀ ਦੋਨਾਂ ਨੇ ਦੱਸਿਆ ਕਿ ਇਸ ਦੇਸ਼ ਦੇ ਵਿੱਚ ਆਪਾਂ ਨੂੰ ਜਿੰਨੀ ਆਜ਼ਾਦੀ ਹੈ ਬਾਹਰਲੇ ਦੇਸ਼ਾਂ ਵਿੱਚ ਨਹੀਂ, ਅਸੀਂ ਹਮੇਸ਼ਾ ਡਾਇਲੋਗ ਨੂੰ ਪ੍ਰੈਫਰ ਕੀਤਾ, ਭਾਵ ਕਿ ਗੱਲਬਾਤ ਰਾਹੀਂ ਕਿਸੇ ਮਸਲੇ ਨੂੰ ਨਜਿੱਠਣ ਲਈ ਸਦਾ ਹੀ ਪ੍ਰੈਫਰ ਕੀਤਾ। ਲਿਟੀਗੇਸ਼ਨ ਜਿਹੜੀ ਉਹ ਆਖਰੀ ਹਮੇਸ਼ਾ ਅਪਰੋਚ ਹੋਇਆ ਕਰਦੀ ਹੈ। ਅਸੀਂ ਆਲਰੇਡੀ ਉੱਥੇ ਦੇ ਪ੍ਰੀਮੀਅਰ ਨੂੰ ਡਿਟੇਲਸ ਵਗੈਰਾ ਦੁਬਾਰਾ ਘੱਲੀਆਂ ਨੇ, ਕੱਲ੍ਹ ਹੀ
ਸਾਡੀਆਂ ਸਟੇਟਮੈਂਟਾਂ ਤੋਂ ਬਾਅਦ, ਕਿਉਂਕਿ ਉਹਨੇ ਪਹਿਲਾਂ ਜਵਾਬ ਨਹੀਂ ਸੀ ਦਿੱਤਾ, ਕੱਲ ਫਿਰ ਜਵਾਬ ਉਹਦਾ ਕੱਲ ਸਾਡੀਆਂ ਗੱਲ ਸਟੇਟਮੈਂਟਾਂ ਤੋਂ ਬਾਅਦ ਆਇਆ ਕਿ ਅਸੀਂ ਤੁਹਾਡੀ ਜਿਹੜੀ ਲਿਖਤੀ ਰੂਪ ਵਿੱਚ ਸਬਮਿਸ਼ਨ ਹੈ ਅਸੀਂ ਇੱਥੇ ਵਿਚਾਰ ਕਰ ਰਹੇ ਹਾਂ। ਸੋ ਵੀ ਆਰ ਹੋਪਿੰਗ ਵੀ ਸਾਨੂੰ ਇਹਨਾਂ ਨਾਲ ਬੈਠ ਕੇ ਸਮਝਾਉਣ ਦਾ, ਐਜੂਕੇਟ ਕਰਨ ਲਈ ਜ਼ਰੂਰ ਮੌਕਾ ਮਿਲੇਗਾ। ਜੇ ਨਹੀਂ ਮਿਲਦਾ ਤਾਂ ਫਿਰ ਬਈ ਸਿੱਖਾਂ ਕੋਲ ਕੋਈ ਹੋਰ ਸਾਧਨ ਨਹੀਂ। ਜੇ ਤੁਸੀਂ ਜੇ ਅਲਬਰਟਾ ਤੇ ਬ੍ਰਿਟਿਸ਼ ਕੋਲੰਬੀਆ ਦੀ ਜਾਂ ਬਾਕੀ ਨੌਵਾਂ ਸੂਬਿਆਂ ਦੇ ਵਿੱਚ ਤੇ ਤਿੰਨਾਂ ਟੈਰੀਟਰੀ ਦੇ ਵਿੱਚ ਪੂਰੀ ਆਜ਼ਾਦੀ ਹੈ ਤੇ ਕੁਬੈਕ ਦੇ ਵਿੱਚ ਪੂਰੀ ਆਜ਼ਾਦੀ ਹੋਣੀ ਚਾਹੀਦੀ ਹੈ, ਕਿਉਂਕਿ ਅੱਜ ਉੱਥੇ ਜਿਹੜੀ ਜਨਰੇਸ਼ਨ ਹੈ ਸਾਡੀ ਜਿਹੜੀ ਪਹਿਲੀ ਜਨਰੇਸ਼ਨ ਸੀ ਉਹਨਾਂ ਜੇ ਇਲੈਕਟਿਵ ਸਬਜੈਕਟ ਹੋਇਆ ਸੀ ਫ੍ਰੈਂਚ, ਅੱਜ ਤਾਂ ਉੱਥੇ ਹਰ ਇੱਕ ਬੱਚਾ ਫ੍ਰੈਂਚ ਪੜ੍ਹਦਾ, ਜਿਹੜੇ ਨੌ ਦਸ ਦਸ ਸਾਲ ਦੇ ਪੰਦਰਾਂ ਸਾਲ ਦੇ ਬੱਚੇ ਨੇ, ਤੇ ਲਾਜ਼ਮੀ ਕੱਲ ਉਹਨਾਂ ਨੇ ਸਿਆਸਤ ਦੇ ਵਿੱਚ ਵੀ ਆਉਣਾ, ਮਨਮੀਤ ਸਿੰਘ ਵਾਂਗ ਤੇ ਪੀਟਰ ਵਾਂਗੂ, ਤੇ ਕੀ ਉਹਨਾਂ ਨੂੰ ਆਪਣੇ ਲੈਜਿਸਲੇਟਿਵ ਅਸੈਂਬਲੀ ਜਾਂ ਨੈਸ਼ਨਲ ਅਸੈਂਬਲੀ ਦੇ ਵਿੱਚ ਜਾਣ ਤੋਂ ਮਨਾਹੀ ਹੋਗੀ। ਇਸ ਕਰਕੇ ਸਾਨੂੰ ਸਟੈਂਡ ਜ਼ਰੂਰ ਲੈਣਾ ਪਏਗਾ। ਸਾਨੂੰ ਕਾਨੂੰਨੀ ਤੌਰ ਤੇ ਅਸੀਂ ਆਲਰੇਡੀ ਉਹਦੀ ਇਨਵੈਸਟੀਗੇਸ਼ਨ ਸਾਡੀ ਕਰ ਚੁੱਕੇ ਹਾਂ ਵੀ ਸਾਡਾ ਕਾਨੂੰਨੀ ਸਟੈਂਡ ਕੀ ਹੋਣਾ ਚਾਹੀਦਾ, ਪਰ ਉੱਥੇ ਕੋਈ ਫੈਸਲਾ ਅਜੇ ਕੋਈ ਨਹੀਂ ਲਿਆ ਜੀ। ਸੋ ਗਿਆਨ ਸਿੰਘ ਸੰਧੂ ਜੀ, ਬਹੁਤ ਬਹੁਤ ਮਿਹਰਬਾਨੀ ਆਪ ਜੀ ਦੀ, ਤੁਸੀਂ ਸਮਾਂ ਕੱਢਿਆ ਹੈਗਾ ਆਪਣੇ ਕੀਮਤੀ ਰੁਝੇਵਿਆਂ ਚੋਂ, ਬਹੁਤ ਬਹੁਤ ਮਿਹਰਬਾਨੀ। ਬਹੁਤ ਬਹੁਤ ਧੰਨਵਾਦ ਤੁਹਾਡਾ ਜੀ, ਤੁਹਾਡੇ ਸਰੋਤਿਆਂ ਦਾ, ਤੁਸੀਂ ਟਾਈਮ ਟੂ ਟਾਈਮ ਤੁਹਾਡੇ ਸਰੋਤਿਆਂ ਦੇ ਨਾਲ ਗੱਲਬਾਤ ਕਰਨ ਦਾ ਮੌਕਾ ਦਿੰਦੇ ਹੋ, ਤੁਸੀਂ ਆਪਣੇ ਵਿਚਾਰ ਮਤਲਬ ਸਿੱਖੀ ਦੇ ਵਿਚਾਰ ਔਰ ਖਾਸ ਕਰਕੇ ਕੈਨੇਡੀਅਨ ਸਿੱਖਾਂ ਦੀਆਂ ਮੁਸ਼ਕਲਾਂ ਬਾਰੇ ਵਿਚਾਰ ਕਰਨ ਵਾਸਤੇ ਮੌਕਾ ਦਿੰਦੇ ਹੋ, ਬਹੁਤ ਬਹੁਤ ਧੰਨਵਾਦ ਇੱਕ ਵਾਰ ਫਿਰ। ਮਿਹਰਬਾਨੀ ਜੀ। ਸੋ ਪਿਆਰੇ ਸਰੋਤਿਓ, ਇਹ ਸਨ WSO ਦੇ ਪਾਲਿਸੀ ਐਡਵਾਈਜ਼ਰ ਸਰ ਗਿਆਨ ਸਿੰਘ ਸੰਧੂ ਜੀ, ਸੀਨੀਅਰ ਪਾਲਿਸੀ ਐਡਵਾਈਜ਼ਰ ਨੇ ਤੇ ਇਹ ਪ੍ਰਧਾਨ ਵੀ ਰਹੇ ਨੇ WSO ਦੇ ਕਿਸੇ ਸਮੇਂ। ਤੁਸੀਂ ਪੀਟਰ ਸੰਧੂ ਦੇ ਵਿਚਾਰ ਸੁਣੇ, ਉਸ ਤੋਂ ਬਾਅਦ ਮਨਮੀਤ ਭੁੱਲਰ ਕੈਲਗਰੀ ਤੋਂ MLA ਨੇ, ਉਨ੍ਹਾਂ ਦੇ ਵਿਚਾਰ ਸੁਣੇ। ਇਸ ਸਬੰਧ ਵਿੱਚ ਅੱਜ ਮੇਰੀ ਜਦੋਂ ਕੈਨੇਡਾ ਦੀ ਆਵਾਸ ਮੰਤਰੀ ਬੀਬੀ ਬੀਲ ਨਾਲ ਗੱਲਬਾਤ ਹੋਈ, ਉਸ ਦਾ ਕਹਿਣਾ ਸੀ ਕਿ ਬੜੀ ਅਜੀਬ ਜੀ ਗੱਲ ਕਹੀ ਉਸਨੇ ਜਦੋਂ ਮੈਂ ਉਹਨਾਂ ਦੇ ਨਾਲ ਗੱਲਬਾਤ ਕਰ ਰਿਹਾ ਸੀ। ਕੋਸ਼ਿਸ਼ ਸੀਗੀ ਉਹਨਾਂ ਨੂੰ ਲਾਈਨ ਤੇ ਲੈ ਕੇ ਆਈਏ, ਲੇਕਿਨ ਇਸ ਵੇਲੇ ਉਹ ਵਿਅਸਤ ਸੀ। ਅਦਰਵਾਈਜ਼ ਮੈਂ ਜੋ ਆਵਾਸ ਮੰਤਰੀ ਹੈ ਕਿਊਬੈਕ ਦੀ ਬੀਬੀ ਵੀਲ, ਉਸਨੂੰ ਵੀ ਲਾਈਨ ਤੇ ਲੈ ਕੇ ਆਉਣਾ ਸੀਗਾ। ਤਾਂ ਉਹ ਉਹਨਾਂ ਦਾ ਕਹਿਣਾ ਸੀਗਾ ਕਿ ਬਹੁਤ ਸੱਭਿਆਚਾਰਕ ਵਾਦ ਕੈਨੇਡਾ ਦੀ ਰੀਤ ਹੋ ਸਕਦੀ ਹੈ, ਕਿਊਬੈਕ ਦੀ ਨਹੀਂ। ਯਾਨੀ ਕਿ ਕੈਨੇਡਾ ਦੇ ਵਿੱਚ ਹੋ ਕੇ ਉਹਨਾਂ ਨੇ ਕਿਊਬੈਕ ਨੂੰ ਬਿਲਕੁਲ ਅੱਡ ਹੀ ਆਪਣਾ ਪਾਲਿਸੀ ਬਣਾਈ ਹੋਈ ਹੈ। ਬੜੀ ਹਾਸੋਹੀਣੀ ਗੱਲ ਕਹੀ ਹੈ। ਫਿਰ ਕਿਸੇ ਦਿਨ ਉਸ ਨੂੰ ਵੀਲ ਨੂੰ ਲੈ ਕੇ ਆਵਾਂਗੇ ਜੋ ਕਿ ਆਵਾਸ ਮੰਤਰੀ ਨੇ। ਤੇ ਇਸ ਦੇ ਨਾਲ ਹੀ ਉਹਨੇ ਬੁਰਕਾ ਪਹਿਨਣ ਦੀ ਗੱਲ ਜਦੋਂ ਉਸ ਤੋਂ ਪੁੱਛੀ ਗਈ, ਉਸ ਦੇ ਬਾਰੇ ਵੀ ਉਸਨੇ ਬੜੀ ਹਾਸੋਹੀਣੀ ਗੱਲ ਕਹੀ ਕਿ ਇਹ ਅਸੀਂ ਕਿਊਬੈਕ ਦੇ ਵਿੱਚ ਇਸ ਤਰ੍ਹਾਂ ਦੀ ਇਜਾਜ਼ਤ ਨਹੀਂ ਦੇਵਾਂਗੇ। ਪਰ ਹੁਣ ਸਵਾਲ ਇਹ ਉੱਠਦਾ ਹੈ ਕਿ ਕਿਊਬੈਕ ਸੈਕੂਲਰ ਸੂਬਾ ਆਪਣੇ ਆਪ ਨੂੰ ਕਹਾਉਂਦਾ ਹੈ, ਤੇ ਕੀ ਜਦੋਂ ਅਜਿਹੇ ਮਸਲੇ ਖੜੇ ਹੁੰਦੇ ਨੇ, ਚਾਹੇ ਬੁਰਕੇ ਦਾ ਮਾਮਲਾ ਹੋਵੇ, ਚਾਹੇ ਕਿਰਪਾਨ ਦਾ ਮਾਮਲਾ ਹੋਵੇ, ਚਾਹੇ ਪਗੜੀ ਦਾ ਮਾਮਲਾ ਹੋਵੇ, ਕਿਸੇ ਵੀ ਕੌਮ ਦੇ ਜੋ ਧਾਰਮਿਕ ਚਿੰਨ੍ਹ ਨੇ, ਤੇ ਖਾਸ ਕਰਕੇ ਜਿਸ ਤਰ੍ਹਾਂ ਹੁਣੇ ਗਿਆਨ ਸਿੰਘ ਸੰਧੂ ਨੇ ਕਿਹਾ ਧਾਰਮਿਕ ਅੰਗ ਕਿਹਾ ਹੈ, ਆਰਟੀਕਲ ਆਫ ਫੇਥ ਕਿਹਾ ਹੈ ਕਿਰਪਾਨ ਨੂੰ, ਇਹਨਾਂ ਦੇ ਪਿੱਛੇ ਜਦੋਂ ਮਸਲੇ ਖੜੇ ਹੁੰਦੇ ਨੇ ਫਿਰ ਸੈਕੂਲਰ ਕਾਹਦਾ ਰਹਿ ਗਿਆ? ਸੋ ਇਹ ਸਵਾਲ ਤੁਹਾਡੇ ਸਾਰਿਆਂ ਦੇ ਸਾਹਮਣੇ ਹੈ। ਧੰਨਵਾਦੀ ਹਾਂ ਪੀਟਰ ਸੰਧੂ ਦਾ, ਮਨਮੀਤ ਭੁੱਲਰ ਦਾ ਤੇ ਬਾਕੀ ਗਿਆਨ ਸਿੰਘ ਸੰਧੂ ਉਹਨਾਂ ਦਾ ਜਿਨ੍ਹਾਂ ਨੇ ਇਸ ਵਿੱਚ ਭਾਗ ਲਿਆ ਹੈ ਤੇ ਆਪੋ ਆਪਣੇ ਕੀਮਤੀ ਵਿਚਾਰ ਪੇਸ਼ ਕੀਤੇ। ਸੋ ਦੋਸਤੋ, ਇਸ ਦੇ ਨਾਲ ਹੀ ਟਾਕ ਸ਼ੋਅ ਨੂੰ ਇੱਥੇ ਹੀ ਦਿਓ ਮੈਨੂੰ ਖਤਮ ਕਰਨ ਦੀ ਇਜਾਜ਼ਤ। ਹੁਣ ਮੇਰੀ ਮੁਲਾਕਾਤ ਤੁਹਾਡੇ ਨਾਲ ਸੋਮਵਾਰ ਹੋਵੇਗੀ ਸ਼ਾਮੀ 8 ਵਜੇ, ਨਵੀਆਂ ਖਬਰਾਂ, ਨਵਾਂ ਟਾਕ ਸ਼ੋਅ ਤੇ ਨਵਾਂ ਕੁਛ ਲੈ ਕੇ। ਉਦੋਂ ਤੱਕ ਮੇਰਾ ਤੇ ਤੁਹਾਡਾ ਰੱਬ ਰਾਖਾ। ਸੁਣਦੇ ਰਹੋ ਰੇਡੀਓ ਪੰਜਾਬ।